ਇੰਡੀਆ ਦੇ ਵਿੱਚ ਜਨਮੀ, ਉਸ ਤੋਂ ਬਾਅਦ ਸਾਊਥ ਅਫਰੀਕਾ ਦੇ ਵਿੱਚ ਪਲੀ ਵੱਡੀ ਹੋਈ, ਕਨੇਡਾ ਦੇ ਵਿੱਚ ਵਿਆਹ ਹੋਇਆ। ਪੰਜਾਬੀ ਪਰਿਵਾਰ ਤੋਂ ਸੰਬੰਧ ਰੱਖਣ ਵਾਲੀ ਗੁਗਨੀ ਗਿੱਲ, ਜਿਸਨੇ ਖੂਬਸੂਰਤੀ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਉਸ ਉਮਰ ਦੇ ਵਿੱਚ, ਜਿੱਥੇ ਕਿ ਘਰਾਂ ਤੋਂ ਕੁੜੀਆਂ ਨੂੰ ਬਾਹਰ ਜਾਣ ਦੀ ਕੋਈ ਖਾਸ ਇਜਾਜ਼ਤ ਨਹੀਂ ਹੁੰਦੀ ਸੀ, ਔਰ ਮਾਂ ਪਿਓ ਦੇ ਵੱਲੋਂ ਵੀ ਉਨਾ ਜ਼ਿਆਦਾ ਸਹਿਯੋਗ ਨਹੀਂ ਹੁੰਦਾ ਸੀਗਾ। ਗੁਗਨੀ ਗਿੱਲ ਅੱਜ ਰਾਜਨੀਤੀ ਦੇ ਵਿੱਚ ਆਪਣਾ ਕਰੀਅਰ ਅਜ਼ਮਾਉਣ ਜਾ ਰਹੇ ਨੇ। ਕੀ ਵਜ੍ਹਾ ਹੈਗੀ ਹੈ ਕਿ ਰਾਜਨੀਤੀ ਨੇ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ, ਔਰ ਅੱਜ ਇਹਨਾਂ ਮੁਲਕਾਂ ਦੇ ਵਿੱਚ ਔਰਤਾਂ ਦੀ ਦਸ਼ਾ ਵੇਖਦੇ ਹੋਏ ਕਿ ਔਰਤ ਨੂੰ ਕੀ ਕੁਝ ਬਰਦਾਸ਼ਤ ਕਰਨਾ ਪੈ ਰਿਹਾ ਅਮਰੀਕਾ ਕਨੇਡਾ ਦੇ ਵਿੱਚ ਰਹਿਣ ਦੇ ਬਾਵਜੂਦ, ਕੀ ਉਹ ਗੱਲਾਂ ਨੇ ਜਿਨ੍ਹਾਂ ਨੇ ਗੁਗਨੀ ਗਿੱਲ ਨੂੰ ਇੰਸਪਾਇਰ ਕੀਤਾ? ਅੱਜ ਗੁਗਨੀ ਗਿੱਲ ਦੇ ਨਾਲ ਅਸੀਂ ਆਪ ਪੁੱਛਦੇ ਹੈਗੇ ਹਾਂ। ਵੈਲਕਮ ਕਰਨਾ ਚਾਹੁੰਦੀ ਹਾਂ ਗੁਗਨੀ ਗਿੱਲ ਪਨੈਚ ਦਾ। ਵੈਲਕਮ ਗੁਗਨੀ। ਥੈਂਕ ਯੂ ਸ਼ੈਰੀ ਅਤੇ ਗੈਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਗਨੀ, ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਤੇ ਹੋਵੋਗੇ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹੀ ਹੈ, ਔਰ ਅੱਜ ਵੀ ਔਰਤਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਰਿਹਾ ਬਿਲਕੁਲ। ਤੁਸੀਂ ਸ਼ੈਰੀ ਇਹ ਗੱਲ ਕਹਿ ਹੀ ਚੁੱਕੇ ਹੋ ਕਿ ਚਾਹੇ ਟਾਈਮ ਉਹ ਸੀ ਚਾਹੇ ਟਾਈਮ ਅੱਜ ਦਾ ਹੈਗਾ, ਜਿਹੜੀ ਔਰਤ ਦੀ ਸੰਘਰਸ਼ ਹੈਗੀ ਆ, ਹੱਕਾਂ ਦਾ ਸੰਘਰਸ਼ ਲਾ ਲਓ, ਇਕੁਆਲਿਟੀ ਦਾ ਸੰਘਰਸ਼ ਲਾ ਲਓ, ਇਕੁਆਲਿਟੀ ਮਾਨੇ ਸੁਸਾਇਟੀ 'ਚ ਜੋ ਸਾਡਾ ਦਰਜਾ ਹੋਣਾ ਚਾਹੀਦਾ, ਇੱਕ ਮੁਕਾਮ ਹੋਣਾ ਚਾਹੀਦਾ, ਉਸਦਾ ਸੰਘਰਸ਼ ਲਾ ਲਓ, ਉਹ ਅੱਜ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਸੀ। ਸੋ ਜਿੱਥੇ ਅਸੀਂ ਪੰਜਾਬੀ ਹੁੰਦੇ ਹੋਏ, ਜਿੱਥੇ ਸਾਡੇ ਗੁਰੂ ਸਾਨੂੰ ਹਰ ਜਗ੍ਹਾ ਉਹਨਾਂ ਨੇ ਇਹੀ ਸਿਖਾਇਆ ਹੈਗਾ ਕਿ ਔਰਤ ਨੂੰ ਇਕੁਅਲ ਦਰਜਾ ਦੇਵੋ, ਫਿਰ ਵੀ ਆਪਣੀ ਜਿਹੜੀ ਸੁਸਾਇਟੀ ਹੈ, ਆਪਣਾ ਜਿਹੜਾ ਸੱਭਿਆਚਾਰ ਲਾ ਲਓ, ਜਾਂ ਆਪਣਾ, ਮੈਂ ਇਹ ਕਹਾਂਗੀ ਸਿਰਫ ਆਪਣੀ ਹੀ ਸੁਸਾਇਟੀ ਨਹੀਂ, ਹੋਰ ਵੀ ਕਲਚਰਸ ਬਹੁਤ ਨੇ ਜਿੱਥੇ ਕਿ ਥੋੜ੍ਹੀ ਜਿਹੀ ਔਰਤ ਨੂੰ ਇਕੁਆਲਿਟੀ ਦੇਣੀ ਜਾਂ ਔਰਤ ਲਈ ਬੰਦਿਸ਼ਾਂ ਹਮੇਸ਼ਾ ਲਾਗੂ ਰਹੀਆਂ ਨੇ। ਜੀ ਹਾਂਜੀ, ਐਂਡ ਜਿੱਦਾਂ ਕਿ ਤੁਸੀਂ ਦੱਸ ਹੀ ਚੁੱਕੇ ਹੋ ਕਿ ਮੈਂ ਬਹੁਤ ਛੋਟੀ ਸੀ ਜਦੋਂ ਅਫਰੀਕਾ ਚਲੀ ਗਈ ਸੀ। ਗੁਗਨੀ, ਅਫਰੀਕਾ ਦੇ ਵਿੱਚ ਕੁਝ ਤੁਸੀਂ ਇੱਦਾਂ ਦਾ ਦੇਖਿਆ ਕਿ ਜਿਸਨੇ ਤੁਹਾਨੂੰ ਕਿਤੇ ਨਾ ਕਿਤੇ ਇੰਸਪਾਇਰ ਕੀਤਾ ਕਿ ਮੈਂ ਪੋਲਿਟਿਕਸ ਦੇ ਵਿੱਚ ਜਾਣਾ ਹੈ ਔਰ ਔਰਤਾਂ ਦੇ ਸੰਘਰਸ਼ ਦੇ ਲਈ ਕੰਮ ਕਰਨਾ ਹੈ? ਬਿਲਕੁਲ ਸ਼ੈਰੀ, ਮੈਂ ਬਹੁਤ ਇੱਕ ਛੋਟੇ ਜਿਹੇ ਮੁਲਕ 'ਚ ਪਲੀ ਹੈਗੀ ਹਾਂ, ਅਤੇ ਉੱਥੇ ਮੈਂ ਇੰਨਾ ਕੁਛ ਦੇਖਿਆ, ਇੰਨਾ ਕੁਛ ਮੈਨੂੰ ਗੱਲਾਂ ਨੇ ਪ੍ਰਭਾਵਿਤ ਕੀਤਾ ਕਿ ਮੈਂ ਜੋ ਜ਼ਿੰਦਗੀ ਦੇ ਰਾਹ ਫੜ ਕੇ ਚੱਲੀ, ਕਿ ਮੈਨੂੰ ਪੈਸੇ ਵੱਲ ਧਿਆਨ ਨਹੀਂ ਰਿਹਾ, ਹਾਲਾਂਕਿ ਵਾਹਿਗੁਰੂ ਦੀ ਬੜੀ ਕਿਰਪਾ ਰਹੀ, ਪਰ ਮੇਰਾ ਧਿਆਨ ਹਮੇਸ਼ਾ ਹਿਊਮੈਨਿਟੀ ਵੱਲ ਰਿਹਾ। ਜੀ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਗੁਗਨੀ ਗਿੱਲ ਖੂਬਸੂਰਤੀ ਦੇ ਕਈ ਮੁਕਾਮਾਂ 'ਤੇ ਪਹੁੰਚ ਕੇ ਜੋ ਵੀ ਪੈਸਾ ਹਾਸਿਲ ਹੁੰਦਾ ਉਹ ਸਾਰਾ ਚੈਰਿਟੀ ਨੂੰ ਦੇ ਦਿੰਦੇ ਆ। ਹਾਂਜੀ, ਮੈਂ ਚੈਰਿਟੀ ਲਈ ਫਰੀ, ਮੈਂ ਕੰਮ ਫਰੀ ਕਰਦੀ ਹਾਂ ਤਾਂ ਕਿ ਉਹ ਚੈਰਿਟੀ ਵੱਲ ਜਾਵੇ। ਸੋ ਜੇਕਰ ਚਾਹੇ ਉਹ ਮੇਰਾ ਥੋੜ੍ਹਾ ਬਹੁਤ ਜੋ ਮੈਂ ਆਪਣਾ ਨਾਂ ਬਣਾਇਆ ਹੈ, ਚਾਹੇ ਤੁਸੀਂ ਉਹ ਲੈ ਲਓ, ਜਾਂ ਜੋ ਮੇਰੀ ਪਰਮਾਤਮਾ ਵੱਲੋਂ ਸ਼ਖਸੀਅਤ ਸੀ, ਜੋ ਏ ਸੀ ਨੇ, ਮੈਂ ਕਹੂੰਗੀ ਮੇਰੀ ਮਦਦ ਕੀਤੀ, ਮੇਰਾ ਨਾਂ ਜੇ ਮੈਨੂੰ ਅੱਜ ਦੁਨੀਆ ਗੁਗਨੀ ਗਿੱਲ ਪਨੈਚ ਵਜੋਂ ਜਾਣਦੀ ਹੈਗੀ ਆ। ਸੋ ਉਹ ਮੈਂ ਵਾਹਿਗੁਰੂ ਦਾ ਬਹੁਤ ਲੱਖ ਸ਼ੁਕਰਾਨਾ ਕਰਦੇ ਹੋਏ ਕਹਿੰਦੀ ਹਾਂ ਕਿ ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਂ ਉਹਨੂੰ ਹਿਊਮੈਨਿਟੀ ਵੱਲ ਹੀ, ਲੋਕ ਸੇਵਾ ਵੱਲ ਹੀ ਲਾਵਾਂ, ਅਤੇ ਜਿੱਥੇ ਕਿਤੇ ਵੀ ਮੇਰਾ ਬਸ ਚੱਲਦਾ ਹੈ, ਮੈਂ ਕੁਛ ਕਰ ਸਕਾਂ, ਮੈਂ ਕਰਦੀ ਆ ਰਹੀ ਹਾਂ। ਅਤੇ ਪਹਿਲੀ ਗੱਲ ਆਪਾਂ ਲਾ ਲਈਏ ਕਿ ਮੈਨੂੰ ਗਰੀਬੀ ਨੇ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਮੁਲਕਾਂ ਦੇ ਵਿੱਚ। ਹਾਂਜੀ, ਕਿ ਇੰਨੀ ਜ਼ਿਆਦਾ ਮੈਂ ਲੋਕਾਂ 'ਚ ਗਰੀਬੀ ਦੇਖੀ ਕਿ ਮੈਨੂੰ ਸੀਗਾ ਕਿ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ, ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਇਆ ਹੋਇਆ ਕਿ ਤੁਹਾਡੇ ਸਾਹਮਣੇ ਪਲੇਟ ਵਿੱਚ ਫੂਡ ਹੈਗਾ ਆ, ਅਤੇ ਇਸ ਲਈ ਥੈਂਕਫੁਲ ਰਹੋ, ਐਂਡ ਕਿਉਂਕਿ ਮੈਂ ਉਸਨੂੰ ਬਹੁਤ ਨੇੜਿਓਂ ਵੇਖਿਆ। ਇਸ ਦੇ ਨਾਲ ਨਾਲ ਜਿਹੜੀ ਔਰਤਾਂ ਦੀ ਹੱਕ ਦੀ ਗੱਲ ਲਾ ਲਓ, ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਲਕੁਲ ਬੋਇਜ਼ ਵਾਂਗੂ ਪਾਲਿਆ, ਉਹਨਾਂ ਨੇ ਕਦੇ ਫਰਕ ਨਹੀਂ ਹੋਣ ਦਿੱਤਾ, ਪਰ ਜਦੋਂ ਮੈਂ ਆਪਣੇ ਉਸ ਘਰ ਤੋਂ, ਉਸ ਪਿਆਰ ਵਾਲੇ ਜ਼ੋਨ 'ਚੋਂ ਬਾਹਰ ਨਿਕਲਦੀ ਸੀ, ਤਾਂ ਮੈਂ ਦੇਖਦੀ ਸੀ ਕਿ ਹੋਰ ਔਰਤਾਂ ਲਈ, ਹੋਰ ਕੁੜੀਆਂ ਲਈ ਲਾਈਫ ਸੇਮ ਨਹੀਂ ਹੈਗੀ। ਮੇਰੇ ਬਿਲਕੁਲ ਗਵਾਂਢ ਵਿੱਚ ਹੀ ਇਥੀਓਪੀਆ ਵਿੱਚ ਕਪਲ ਸੀਗੇ, ਅਤੇ ਉਹ ਜਿਹੜਾ ਹਸਬੈਂਡ ਸੀ ਵਾਈਫ ਨੂੰ ਖਾਸਾ ਕੁੱਟਦਾ ਮਾਰਦਾ ਸੀ, ਮੈਂ ਉਦੋਂ ਬਹੁਤ ਛੋਟੀ ਸੀਗੀ, ਅਤੇ ਉਹਨੂੰ ਐਨਕਾਂ, ਨਿਗਾਹ ਦੀਆਂ ਐਨਕਾਂ ਲੱਗਦੀਆਂ ਹੁੰਦੀਆਂ ਸੀ ਲੇਡੀ ਨੂੰ, ਅਤੇ ਉਹ ਕਦੇ ਉਹਨੇ ਦੱਸਿਆ ਨਹੀਂ ਸੀ ਕਿ ਮੈਨੂੰ ਮਾਰਿਆ ਕੁੱਟਿਆ ਜਾਂਦਾ, ਹਾਲਾਂਕਿ ਚੀਕ ਚਿਲਾਟੇ ਦੀ ਆਵਾਜ਼ ਆਉਂਦੀ ਹੁੰਦੀ ਸੀ। ਅਤੇ ਜਦ ਇੱਕ ਵਾਰੀ ਮੈਂ ਉਹਦੇ ਗਲਾਸਿਸ 'ਤੇ ਦੇਖਿਆ ਕਿ ਟੇਪ ਲਾ ਕੇ ਉਹਨੇ, ਕਿਉਂਕਿ ਗਰੀਬ ਸੀਗੀ, ਟੇਪ ਲਾ ਕੇ ਉਹਨੇ ਲਾਈਆਂ ਹੋਈਆਂ ਸੀ ਗਲਾਸਿਸ,
ਤਾਂ ਮੈਨੂੰ ਯਾਦ ਹੈ ਕਿ ਮੇਰੇ ਵੱਡੇ ਭੈਣ ਉਹਨਾਂ ਨੇ ਪੁੱਛਿਆ ਕਿ ਗੱਲ ਕੀ ਹੋਈ ਹੈ, ਤੂੰ ਟੇਪ 'ਤੇ ਤੂੰ ਬਹੁਤ ਚੁੱਪ ਚੁੱਪ ਹੈ। ਫਿਰ ਉਹ ਸਾਡੇ ਘਰ ਖਾਸਾ ਰੋ ਕੇ ਉਹਨੇ ਬਿਆਨ ਕੀਤਾ ਆਪਣਾ ਦਰਦ, ਅਤੇ ਉਹਦੀ ਛੋਟੀ ਜਿਹੀ ਬੱਚੀ ਸੀ, ਬੇਟੀ ਸੀ ਉਹਦੇ ਕੋਲ। ਸੋ ਮੈਨੂੰ ਉਸ ਗੱਲ ਨੇ ਇੰਨਾ ਪ੍ਰਭਾਵ ਕੀਤਾ, ਅਤੇ ਹੋਰ ਬੜੇ ਇਗਜ਼ੈਂਪਲਸ ਮੈਂ ਦੇ ਸਕਦੀ ਹਾਂ। ਮੈਂ ਕਹਿੰਦੀ ਸੀ ਕਿ ਨਹੀਂ, ਮੈਂ ਬਹੁਤ ਖੁਸ਼ਨਸੀਬ ਹੈ, ਮੈਂ ਇਹੋ ਜਿਹੇ ਪਿਓ ਦੇ ਘਰ ਜੰਮੀ ਹਾਂ ਜਿਹਨੇ ਮੈਨੂੰ ਇੰਨੀ ਫਰੀਡਮ, ਇੰਨੀ ਇੰਡੀਪੈਂਡੈਂਸ ਦਿੱਤੀ ਹੈ, ਪਰ ਹੋਰ ਕੁੜੀਆਂ ਕੋਲ ਇਹ ਆਜ਼ਾਦੀ ਨਹੀਂ ਹੈ। ਆਜ਼ਾਦੀ ਨਹੀਂ ਹੈਗੀ ਜੀ। ਕੁਕਨੀ, ਕੀ ਵਜ੍ਹਾ ਸੀਗੀ ਕਿ ਤੁਸੀਂ ਖੂਬਸੂਰਤੀ ਦੇ ਬਿਊਟੀ ਪੇਜੈਂਟਸ ਨੂੰ, ਖੂਬਸੂਰਤੀ ਦੇ ਉਸ ਪਲੇਟਫਾਰਮ ਤੇ ਪਹੁੰਚ ਕੇ ਵੀ ਅੱਜ ਤੱਕ ਆਪਣੇ ਪੰਜਾਬੀ ਹੋਣ ਨੂੰ ਯਾਦ ਰੱਖਿਆ? ਮੈਂ ਇਸ ਦਾ ਸ਼੍ਰੇਅ ਵੀ ਫਿਰ ਆਪਣੇ ਫਾਦਰ ਸਾਹਿਬ ਨੂੰ ਦਵਾਂਗੀ, ਬਿਕੋਜ਼ ਜਿੱਥੇ ਮੈਂ ਪਲੀ ਉੱਥੇ ਸਿਰਫ 100 ਫੈਮਲੀ ਸੀਗੀਆਂ, ਇੰਡੀਅਨ ਫੈਮਲੀਸ ਅਤੇ ਕੁਛ ਪੰਜਾਬੀ ਫੈਮਲੀ ਸੀਗੀਆਂ। ਸੋ ਮੇਰੇ ਫਾਦਰ ਸਾਹਿਬ ਇੰਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀਗੇ, ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੀ ਨਾਲ ਹਮੇਸ਼ਾ ਜੁੜੇ ਰਹੇ, ਉਹ ਪਾਠ ਉਹ ਕਰਦੇ ਹੁੰਦੇ ਸੀ ਕਿਉਂਕਿ ਇਥੀਓਪੀਆ 'ਚ ਕੋਈ ਗੁਰੂ ਘਰ ਨਹੀਂ ਸੀ, ਅਤੇ ਉਹਨਾਂ ਨੇ ਇਹੀ ਸ਼ੁਰੂ ਤੋਂ ਮੇਰੀ ਜਿਹੜੀ ਲੈਂਗੁਏਜ ਹੈਗੀ ਹੈ ਮੈਂ ਸਿੱਖੀ, ਜੋ ਕਿਉਂਕਿ ਮੈਂ ਪਲੀ ਅਫਰੀਕਾ ਸੀ ਤਾਂ ਅਮਹਾਰਿਕ ਸਿੱਖੀ ਸੀ, ਅਤੇ ਜਿਹੜੀ ਮੈਂ ਪੰਜਾਬੀ ਬੋਲਦੀ ਹਾਂ ਇਸ ਵੇਲੇ ਉਹ ਮੇਰੇ ਘਰ ਦੇ ਮਾਹੌਲ ਤੋਂ ਮੈਂ ਬੋਲਣੀ ਸਿੱਖੀ, ਲੈਂਗੁਏਜ ਨੂੰ ਪਿਆਰ ਕਰਨਾ ਸਿੱਖਿਆ। ਸੋ ਇਹ ਮੇਰੀ ਪਹਿਚਾਣ ਹੈ। ਸੋ ਆਪਣੀ ਪਹਿਚਾਣ ਨੂੰ, ਉਹ ਇਨਸਾਨ ਉਹੀ ਅੱਗੇ ਵੱਧਦਾ ਜੋ ਆਪਣੀ ਪਹਿਚਾਣ ਨੂੰ ਕਦੇ ਨਾ ਭੁੱਲੇ। ਸੋ ਪੰਜਾਬੀਅਤ ਮੇਰੀ ਪਹਿਚਾਣ ਹੈ, ਪੰਜਾਬੀ ਪੇਰੈਂਟਸ ਦੀ ਮੈਂ ਧੀ ਹੈਗੀ ਹਾਂ ਅਤੇ ਆਪ ਇੱਕ ਪੰਜਾਬਣ ਹੈਗੀ ਹਾਂ। ਸੋ ਮੇਰੀ ਸਭ ਨਾਲੋਂ ਵੱਡੀ ਪਹਿਚਾਣ ਤਾਂ ਇਹੀ ਹੈਗੀ ਹੈ ਕਿ ਮੈਂ ਪੰਜਾਬਣ ਹਾਂ, ਔਰ ਸ਼ੁਰੂ ਤੋਂ ਹੀ ਮੇਰੀ ਕੋਸ਼ਿਸ਼ ਵੀ ਇਹੀ ਰਹੀ ਹੈ ਕਿ ਮੈਂ ਜੀ ਮੈਂ ਆਪ ਹੈ ਉਹ ਮੈਂ ਹਰ ਪੰਜਾਬਣ ਨੂੰ ਉਸ ਤਰੀਕੇ ਨਾਲ ਦੇਖਾਂ ਜਾਂ ਉਹੀ ਜਿਹੇ ਮਾਹੌਲ ਵਿੱਚ ਦੇਖਾਂ। ਬਿਲਕੁਲ ਠੀਕ ਗੁਗਨੀ ਜੀ। ਖੂਬਸੂਰਤੀ ਦੇ ਵਿੱਚ ਤੁਸੀਂ ਜਦੋਂ ਸਾਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਗੁਗਨੀ ਗਿੱਲ ਪੰਜਾਬੀ ਹੈ, ਗੁਗਨੀ ਗਿੱਲ ਮਿਸਿਸ ਇੰਡੀਆ ਯੂਨਾਈਟਿਡ ਨੇਸ਼ਨ ਹੈ ਜੀ, ਸਾਰਿਆਂ ਨੂੰ ਇਹ ਗੱਲ ਪਤਾ ਚੱਲ ਗਈ, ਉਸ ਤੋਂ ਬਾਅਦ ਅੱਜ ਗੁਗਨੀ ਗਿੱਲ ਪੋਲੀਟਿਕਸ ਦੇ ਵਿੱਚ ਮਿਊਨਿਸਪਲ ਪਾਰਟੀ ਨੂੰ ਜੁਆਇਨ ਕਰਦੇ ਹੋਏ ਜੀ ਵਾਰਡ 9-10 ਹਾਂਜੀ ਤੋਂ ਇਲੈਕਸ਼ਨ ਲੜਨ ਜਾ ਰਹੀ ਹੈਗੀ ਹੈ, ਉਸ ਦੇ ਵਿੱਚ ਗੁਗਨੀ ਗਿੱਲ ਦਾ ਕੀ ਪਲੇਟਫਾਰਮ ਹੈ? ਦੇਖੋ, ਜਿੱਦਾਂ ਕਿ ਮੈਂ ਕਹਿ ਚੁੱਕੀ ਹਾਂ ਕਿ ਮੇਰਾ ਮਕਸਦ ਹੈਗਾ ਆ ਟੂ ਸਰਵ ਦਾ ਹਿਊਮੈਨਿਟੀ। ਮੇਰੀ ਕੋਸ਼ਿਸ਼ ਸ਼ੁਰੂ ਤੋਂ ਇਹ ਰਹੀ ਹੈ ਕਿ ਮੈਂ ਦੁਨੀਆ ਜਿਹੜੇ ਲੋੜਵੰਦ ਨੇ ਉਹਨਾਂ ਦੀ ਜ਼ਿੰਦਗੀ 'ਚ ਬਦਲਾਵ ਲਿਆ ਸਕਾਂ। ਕਹਿੰਦੇ ਆ ਮੈਂ ਇਹ ਹਮੇਸ਼ਾ ਸੋਚ ਕੇ ਚੱਲਦੀ ਆਈ, ਕਿਉਂਕਿ ਐਵਰੀ ਸਮਾਲ ਸਟੈਪ ਲੀਡਸ ਟੂ ਏ ਬਿਗਰ ਸਟੈਪ। ਜੇਕਰ ਆਪਾਂ ਇਹ ਸੋਚਦੇ ਰਹਾਂਗੇ ਕਿ ਹਾਂ ਮੈਂ ਇਕੱਲੀ ਜਾਣੀ ਕੀ ਕਰ ਸਕਦੀ ਹਾਂ, ਮੈਂ ਦੁਨੀਆ ਨਹੀਂ ਬਦਲ ਸਕਦੀ, ਤਾਂ ਹਰ ਇਨਸਾਨ ਹੀ ਇਹ ਸੋਚੇਗਾ ਅਤੇ ਆਪਾਂ ਦੁਨੀਆ 'ਚ ਬਦਲਾਅ ਨਹੀਂ ਲਿਆ ਸਕਦੇ। ਬਦਲਾਵ ਉਦੋਂ ਹੀ ਆਏਗਾ ਜਦੋਂ ਤੁਸੀਂ ਇੱਕ ਪੈਰ ਪੱਟੋਗੇ ਅਤੇ ਤੁਹਾਨੂੰ ਦੇਖ ਕੇ 10 ਜਾਣੇ ਹੋਰ ਪੱਟਣਗੇ। ਸੋ ਮੈਂ ਸ਼ੁਰੂ ਤੋਂ ਇਹੀ ਸੋਚ ਕੇ ਚੱਲੀ ਕਿ ਮੈਨੂੰ ਦੇਖ ਕੇ ਜੇ ਕਿਸੇ ਇੱਕ ਦੀ ਜ਼ਿੰਦਗੀ 'ਚ ਵੀ ਬਦਲਾਵ ਆਉਂਦਾ ਤਾਂ ਮੈਂ ਸੋਚੂੰਗੀ ਮੇਰੀ ਜ਼ਿੰਦਗੀ ਵਾਜ਼ ਵਰਥ ਇਟ। ਬਿਲਕੁਲ ਹਾਂਜੀ। ਅਤੇ ਇਸੇ ਕਰਕੇ ਪੋਲੀਟਿਕਸ ਮੈਂ ਜੁਆਇਨ ਕੀਤੀ, ਮੈਂ ਮਿਊਨਸੀਪਲ ਲੈਵਲ ਜੁਆਇਨ ਕਰਨਾ ਜ਼ਰੂਰੀ ਸਮਝਿਆ, ਕਿਉਂਕਿ ਕਹਿੰਦੇ ਹੁੰਦੇ ਆ ਚੈਰਿਟੀ ਬਿਗਿਨਸ ਐਟ ਹੋਮ। ਸੋ ਮੈਂ ਜਿਹੜੇ ਵਾਰਡ 'ਚ ਰਹਿੰਦੀ ਹਾਂ, ਮੈਂ ਜਿੱਥੇ ਰਹਿੰਦੀ ਹਾਂ 9-10 ਹੈਗਾ, ਐਂਡ ਮੈਂ ਉੱਥੇ ਬਹੁਤ ਆਲੇ ਦੁਆਲੇ ਜੋ ਦੇਖਦੀ ਹਾਂ, ਚਾਹੇ ਉਹ ਡੋਮੈਸਟਿਕ ਵਾਇਲੈਂਸ ਲਾ ਲਓ, ਵਿਮੈਨ ਦਾ ਹੱਕ ਲਾ ਲਓ ਜੀ। ਗੁਗਨੀ, ਡੋਮੈਸਟਿਕ ਵਾਇਲੈਂਸ 'ਤੇ ਇਹਨਾਂ ਮੁਲਕਾਂ ਦੇ ਵਿੱਚ ਕਿਸ ਹੱਦ ਤੱਕ ਔਰਤਾਂ ਪਰੇਸ਼ਾਨ ਨੇ ਜੀ, ਕਿਸ ਹੱਦ ਤੱਕ ਉਹ ਫੇਸ ਕਰ ਰਹੀਆਂ ਨੇ, ਸਫ਼ਰ ਕਰ ਰਹੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਖੁੱਲ੍ਹ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ? ਬਿਲਕੁਲ। ਜੇਕਰ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਡੋਮੈਸਟਿਕ ਵਾਇਲੈਂਸ, ਇਟ ਮਾਈਟ ਨੋਟ ਸਾਊਂਡ ਸੋ ਬਿਗ, ਬਟ ਇਟ ਇਜ਼ ਵੈਰੀ ਬਿਗ। ਜੇ ਤੁਸੀਂ ਮੇਰੀ ਡੈਫੀਨੇਸ਼ਨ ਪੁੱਛੋ ਡੋਮੈਸਟਿਕ ਵਾਇਲੈਂਸ ਵਾਲੇ, ਤਾਂ ਮੈਂ ਸਿੱਧਾ ਕਹੂੰਗੀ ਇਟਸ ਏ ਕ੍ਰਾਈਮ, ਇਟਸ ਏ ਕ੍ਰਾਈਮ। ਐਂਡ ਜੇਕਰ ਔਰ ਸਿਰਫ ਕੈਨੇਡਾ ਅਮੈਰੀਕਾ ਤਾਂ ਲਾਈਕ ਆਪਾਂ ਕਿੰਨੇ ਚੰਗੇ ਮੁਲਕਾਂ 'ਚ ਬੈਠੇ ਹਾਂ, ਆਪਾਂ ਇੱਥੇ ਬੈਠੇ ਵੀ ਡੋਮੈਸਟਿਕ ਵਾਇਲੈਂਸ ਨੂੰ ਚੱਲਦੇ ਹਾਂ, ਤੁਸੀਂ ਸੋਚ ਸਕਦੇ ਹੋ ਹਿੰਦੁਸਤਾਨ ਵਰਗੇ ਜਾਂ ਅਫਰੀਕਾ ਵਰਗੇ ਮੁਲਕਾਂ 'ਚ ਕਿੰਨਾ ਜ਼ਿਆਦਾ ਡੋਮੈਸਟਿਕ ਵਾਇਲੈਂਸ ਬੁਰਾ ਹਾਲ ਹੋਏਗਾ। ਹਾਂਜੀ। ਐਂਡ ਡੋਮੈਸਟਿਕ ਵਾਇਲੈਂਸ ਦੇ ਇੰਪੈਕਟਸ ਵੁਮੈਨ ਦੇ ਨਾਲ ਨਾਲ ਆਪਣੇ ਬੱਚੇ ਜਿਨ੍ਹਾਂ ਲਈ ਆਪਾਂ ਜਿਉਂਦੇ ਹਾਂ, ਜਿਨ੍ਹਾਂ ਲਈ ਆਪਾਂ ਤੁਰੇ ਫਿਰਦੇ ਹਾਂ, ਜਿਨ੍ਹਾਂ ਨੂੰ ਆਪਾਂ ਫਿਊਚਰ ਦੇਖਦੇ ਹਾਂ, ਜਿਨ੍ਹਾਂ ਨੇ ਆਪਣਾ ਨਾਂ ਕੈਰੀ ਕਰਨਾ ਇਸ ਦੁਨੀਆ ਵਿੱਚ। ਹਾਂਜੀ। ਡੋਮੈਸਟਿਕ ਵਾਇਲੈਂਸ ਸਿਰਫ ਵੁਮੈਨ ਨੂੰ ਇਫੈਕਟ ਨਹੀਂ ਕਰਦੀ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ, ਉਹਨਾਂ ਬੱਚਿਆਂ ਨੂੰ ਵੀ ਜੋ ਉਸ ਮਾਹੌਲ 'ਚ ਪਲ ਰਹੇ ਹਾਂ, ਉਹਨਾਂ ਨੂੰ ਵੀ ਇਫੈਕਟ ਕਰਦੀ ਹੈ। ਮੇਰੇ ਖਿਆਲ ਤੋਂ ਔਰਤਾਂ ਨੂੰ ਇਹ ਗੱਲ ਸਮਝਣੀ ਪਏਗੀ ਕਿ ਤੁਸੀਂ ਜੇ ਜ਼ੁਲਮ ਬਰਦਾਸ਼ਤ ਕਰ ਰਹੇ ਹੋ, ਉਹ ਜ਼ੁਲਮ ਤੁਹਾਡੇ ਨਾਲ ਨਾਲ ਤੁਹਾਡੇ ਬੱਚੇ ਵੀ ਬਰਦਾਸ਼ਤ ਕਰ ਰਹੇ ਆ, ਬੱਚਿਆਂ 'ਤੇ ਵੀ ਹੋ ਰਿਹਾ। ਬਿਲਕੁਲ ਇਹ ਲਾਓ। ਹਾਂਜੀ। ਹੁਣ ਤੁਸੀਂ ਆਪਾਂ ਇਕਾਨਮੀ ਦੀ ਗੱਲ ਕਰੀਏ, ਜਿਹੜੀ ਡੋਮੈਸਟਿਕ ਵਾਇਲੈਂਸ ਹੈਗਾ ਆ, ਇਟ ਸਟਾਰਟਸ ਫਰੋਮ ਹੋਮ, ਬਟ ਉਹਦਾ ਇੰਪੈਕਟ ਬਹੁਤ ਵੱਡਾ ਹੈ, ਸਿਰਫ ਉਸ ਫੈਮਲੀ ਨਹੀਂ ਪੂਰੇ ਮੁਲਕ ਲਈ। ਜੀ ਗੁਗਨੀ, ਮੈਂ ਚਾਹੁੰਦੀ ਹਾਂ ਕਿ ਤੁਸੀਂ
ਔਰਤਾਂ ਨੂੰ ਜਿਹੜੀਆਂ ਵਿਚਾਰੀਆਂ ਬਰਦਾਸ਼ਤ ਕਰ ਰਹੀਆਂ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਆਪਣੀ ਜ਼ੁਬਾਨ ਨਹੀਂ ਖੋਲਦੀਆਂ, ਉਹਨਾਂ ਨੂੰ ਜ਼ਰਾ ਥੋੜ੍ਹਾ ਜਿਹਾ ਦੱਸੋ ਕਿ ਮੁੰਡਿਆਂ 'ਤੇ, ਮੁੰਡਾ ਐਜ਼ ਅ ਬੋਏ ਚਾਈਲਡ, ਕੁੜੀ ਐਜ਼ ਅ ਗਰਲ ਚਾਈਲਡ, ਉਸ 'ਤੇ ਪ੍ਰਭਾਵ ਕੀ ਪੈਂਦਾ, ਕਿ ਉਸਦੀ ਗਰੋਥ 'ਤੇ ਕੋਈ ਫਰਕ ਪੈਂਦਾ? ਦੇਖੋ ਜੀ, ਜਦੋਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਆਪਾਂ ਹਾਊਸ ਨੂੰ ਹੋਮ ਕਹਿੰਦੇ ਹਾਂ, ਹਾਂਜੀ, ਆਪਾਂ ਘਰ ਬਣਾਉਂਦੇ ਹਾਂ, ਕਾਹਦੇ ਲਈ ਬਣਾਉਂਦੇ ਹਾਂ? ਆਪਾਂ ਨੂੰ ਹੁੰਦਾ ਕਿ ਘਰ 'ਚ ਸੁੱਖ ਸੁਵਿਧਾ ਹੋਵੇ, ਸਹੂਲਤਾਂ ਹੋਵੇ, ਉਹ ਆਪਾਂ ਆਪਣੇ ਬੱਚਿਆਂ ਲਈ ਕਰਦੇ ਹਾਂ, ਹਾਂਜੀ। ਜੇਕਰ ਉਹ ਬੱਚੇ ਦਿਨ ਰਾਤ ਇਹ ਦੇਖਦੇ ਨੇ ਕਿ ਸਾਡੀ ਮਾਂ 'ਤੇ ਜ਼ੁਲਮ ਹੋ ਰਿਹਾ ਆ, ਤਾਂ ਤੁਸੀਂ, ਪਹਿਲੀ ਗੱਲ ਤਾਂ ਬੱਚੇ ਦੇ ਮਨ ਵਿੱਚ ਫੀਅਰ ਆਉਂਦਾ ਹੈ, ਬੱਚੇ ਦੇ ਮਨ ਵਿੱਚ ਐਂਗਜ਼ਾਇਟੀ ਆਉਂਦੀ, ਬੱਚੇ ਦੇ ਮਨ 'ਚ ਡਰ ਪੈਦਾ ਹੁੰਦੇ ਨੇ, ਅਤੇ ਉਹ ਕਿੱਥੇ ਤਾਂ ਤੁਸੀਂ ਉਹਨੂੰ ਕੰਫਰਟ 'ਚ, ਲਾਡ ਨਾਲ, ਪਿਆਰ ਨਾਲ ਪਾਲਣਾ ਹੈਗਾ, ਕਿੱਥੇ ਉਸੀ ਘਰ ਵਿੱਚ ਉਸ ਬੱਚੇ ਨੇ ਡਰ ਕੇ ਰਹਿਣਾ ਹੈਗਾ। ਜੇ ਤੁਸੀਂ ਕੁੜੀਆਂ ਵੱਲ ਲਾ ਲਓ, ਉਹ ਜੇ ਜਿਹੜੀ ਡੌਡਰ ਚਾਇਲਡ ਹੈ, ਉਹਨੇ ਇਹ ਸੋਚ ਕੇ ਵੱਡੀ ਹੋਣਾ ਹੈ ਕਿ ਜਿਹੜਾ ਜ਼ੁਲਮ ਸਹਿਣਾ ਹੈਗਾ ਉਹ ਠੀਕ ਆ, ਉਹ ਜ਼ੁਲਮ, ਬਿਲਕੁਲ, ਬਹੁਤ ਵਧੀਆ ਗੱਲ ਕਹੀ ਤੁਸੀਂ, ਇਹ ਬਹੁਤ ਖੂਬਸੂਰਤੀ ਨਾਲ ਤੁਸੀਂ ਬਿਆਨ ਕੀਤਾ ਕਿ ਬੱਚੀ ਨੂੰ ਜੇ ਮਾਂ ਨੂੰ ਵੇਖੇਗੀ ਕਿ ਜ਼ੁਲਮ ਮਾਂ ਸਹਿ ਰਹੀ ਹੈਗੀ ਹੈ, ਉਹ ਬਿਲਕੁਲ ਉਸ ਤਰ੍ਹਾਂ ਬਣ ਜਾਏਗੀ, ਉਸਦੀ ਸੋਚ ਉਸ ਤਰ੍ਹਾਂ ਹੋ ਜਾਏਗੀ ਔਰ ਕਦੀ ਡਿਵੈਲਪ ਹੀ ਨਹੀਂ ਕਰ ਸਕਦੀ ਆ, ਫਿਰ ਉਸਨੇ ਕੀ ਕਰੀਅਰ ਬਣਾਉਣਾ ਔਰ ਫਿਰ ਕੀ ਉਸਨੇ ਦੇਸ਼ ਦੇ ਬਾਰੇ ਸੋਚਣਾ? ਹਾਂਜੀ, ਇੱਕ ਔਰਤ ਜਿਹੜੀ ਹੈਗੀ ਆ, ਉਹ ਕਹਿੰਦੇ ਆ ਵੁਮਨ ਮੇਕਸ ਅ ਹੋਮ, ਔਰਤ ਦੇ ਨਾਲ ਘਰ ਬਣਦਾ ਹੈ, ਅਤੇ ਜੇ ਉਸ ਔਰਤ 'ਤੇ ਹੀ ਅਤਿਆਚਾਰ ਹੋ ਰਿਹਾ, ਉਹ ਔਰਤ ਉਸ ਘਰ ਵਿੱਚ ਜ਼ੁਲਮ ਸਹਿ ਰਹੀ ਹੈ, ਅਤੇ ਜ਼ੁਲਮ ਕਰਨ ਵਾਲਾ ਉਹਦਾ ਆਪਣਾ ਪਤੀ ਹੈ ਜਿਹਦੇ ਨਾਲ ਉਹਨੇ ਲਾਵਾਂ ਲਈਆਂ ਹੋਈਆਂ ਨੇ, ਰਾਈਟ, ਐਂਡ ਫਿਰ ਉਸ ਰਿਲੇਸ਼ਨਸ਼ਿਪ 'ਚ ਤੁਹਾਡੇ ਕੋਲ ਬੱਚੇ ਨੇ, ਸੋ ਤੁਹਾਡੀ ਗਰਲ ਚਾਈਲਡ ਨੇ ਓਬਵੀਅਸਲੀ ਸੋਚਣਾ ਹੈਗਾ ਆ ਕਿ ਹਾਂਜੀ, ਮੇਰੀ ਮਦਰ ਇਹ ਸਹਿੰਦੀ ਆਈ ਹੈ, ਮੇਰੀ ਮਦਰ ਇੰਨੇ ਸਾਲਾਂ ਤੋਂ ਸਹਿ ਰਹੀ ਹੈ, ਜਾਂ ਮੇਰੀ ਮਦਰ ਨੇ ਸਹਿ ਕੇ ਸਾਨੂੰ ਪਾਲਿਆ, ਬਿਲਕੁਲ ਸਹੀ ਹੈ ਸਹਿਣਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਮੇਲ ਚਾਈਲਡ ਬਾਰੇ, ਮੁੰਡੇ ਤੇ ਜਿੱਥੇ ਤੱਕ ਮੇਰੀ ਰਾਏ ਇੰਪੈਕਟ ਪਊਗਾ, ਜਾਂ ਸਟੱਡੀਜ਼ ਵੀ ਕਹਿੰਦੀਆਂ ਨੇ ਕਿ ਮੁੰਡਾ ਇਹ ਸੋਚ ਕੇ ਵੱਡਾ ਹੋਊਗਾ ਕਿ ਮੈਂ ਕੁੜੀ ਨੂੰ ਵੀ ਇੱਦਾਂ ਟ੍ਰੀਟ ਕਰ ਸਕਦਾ, ਮੈਂ ਕਿਸੇ ਨੂੰ ਵੀ ਇੱਦਾਂ ਟ੍ਰੀਟ ਕਰ ਸਕਦਾ, ਵੀ ਵਾਇਲੈਂਸ ਇਜ਼ ਓਕੇ, ਵਾਇਲੈਂਸ ਕਰਨਾ ਕੋਈ ਬੁਰੀ ਗੱਲ ਨਹੀਂ, ਵਾਇਲੈਂਸ ਔਰ ਵਾਇਲੈਂਸ ਘਾਤਕ ਰੂਪ ਵੀ ਲੈ ਸਕਦੀ ਹੈ, ਬਿਲਕੁਲ ਲੈ ਸਕਦੀ ਆ। ਜੇ ਤੁਸੀਂ ਦੇਖੋ ਜਿਹੜੇ ਬੱਚੇ ਡੋਮੈਸਟਿਕ ਵਾਇਲੈਂਸ 'ਚ ਪਲਦੇ ਨੇ, ਆਪਾਂ ਕ੍ਰਿਮੀਨਲਸ ਕਹਿਣਾ ਬਹੁਤ ਸੌਖਾ ਆ, ਬਟ ਬੁਲਿੰਗ ਇਸ ਵੇਲੇ ਬਹੁਤ ਪ੍ਰੋਬਲਮ ਹੈਗੀ ਆ ਨੌਰਥ ਅਮੈਰੀਕਾ ਵਿੱਚ, ਐਂਡ ਵੀ ਆਪਾਂ ਕਹਿ ਦਿੰਦੇ ਹਾਂ ਬੁਲਿੰਗ ਸਾਡੇ ਬੱਚੇ ਨਾਲ ਹੋਈ ਹੈ, ਜਾਂ ਬੁਲਿੰਗ ਬੱਚਾ ਕਰ ਰਿਹਾ ਹੈਗਾ, ਬਟ ਕਿਤੇ ਨਾ ਕਿਤੇ ਉਹ ਬੁਲਿੰਗ ਇਜ਼ ਘਰ ਤੋਂ ਜੁੜੀ ਹੋਈ ਹੈ, ਯਾ ਯੂ ਹੈਵ ਟੂ ਅੰਡਰਸਟੈਂਡ ਕਿ ਉਸ ਬੱਚੇ ਦਾ ਬਿਹੇਵੀਅਰ ਇਹ ਕਿਉਂ ਹੈਗਾ, ਜਿਹੜਾ ਬੁਲਿੰਗ ਕਰ ਰਿਹਾ ਹੈਗਾ ਉਸ ਦੇ ਬੁਲਿੰਗ ਦੇ ਬਿਹੇਵੀਅਰ ਦੇ ਪਿੱਛੇ ਕੀ ਰਾਜ ਹੈਗਾ ਆ, ਜਾਂ ਜਿਹੜੇ ਬੁਲਿੰਗ ਸਹਿੰਦੇ ਵੀ ਨੇ ਉਹਨਾਂ ਦੇ ਮਨ ਵਿੱਚ ਇੰਨਾ ਡਰ ਕਿਉਂ ਹੈ, ਉਹ ਬੁਲਿੰਗ ਕਿਉਂ ਸਹਿ ਰਹੇ ਨੇ? ਸੋ ਉਹ ਇਟ ਬਿਕਮਸ ਅ ਲਾਈਫ ਲੌਂਗ ਪ੍ਰੋਸੈਸ। ਤੁਸੀਂ ਇੱਕ ਜਨਰੇਸ਼ਨ ਨੂੰ, ਮੇਰਾ ਮੰਨਣਾ ਇਹ ਹੈਗਾ ਹੈ ਕਿ ਜਿਸ ਘਰ ਵਿੱਚ ਵਾਇਲੈਂਸ ਹੈਗਾ, ਉਹ ਆਪ ਸਿਰਫ ਦੋ ਲਾਈਵਸ ਨਹੀਂ ਖਰਾਬ ਕਰ ਰਹੇ, ਉਹ ਆਉਣ ਵਾਲੀਆਂ ਜਨਰੇਸ਼ਨਸ ਦੀ ਲਾਈਵਸ ਨੂੰ ਵੀ ਖਰਾਬ ਕਰ ਰਹੇ ਨੇ, ਡਿਸਾਈਡ ਕਰ ਰਹੇ ਨੇ, ਯੂ ਆਰ ਡਿਸਾਈਡਿੰਗ ਦੇਅਰ ਫਿਊਚਰ, ਬਿਲਕੁਲ ਠੀਕ ਹੈ ਜੀ, ਕਿਉਂਕਿ ਬੋਏ ਚਾਈਲਡ ਇਜ਼ ਇਟਸ ਅਨਲਿਮਿਟਡ ਫੋਰ ਦੈਮ, ਵਾਇਲੈਂਸ ਇਨ ਦਾ ਸੋਸਾਇਟੀ, ਵਾਇਲੈਂਸ ਟੂਵਰਡਸ ਵਿਮੈਨ, ਡਰੱਗਸ, ਯੂ ਨੋ, ਫੀਅਰਲੈਸ ਲਾਈਫ ਵੀ ਸਭ ਕੁਛ ਕਰਨਾ ਸਹੀ ਹੈਗਾ, ਸੋ ਦੋਜ਼ ਆਰ ਦ ਇੰਪੈਕਟਸ ਯੂ ਆਰ ਗੋਇੰ ਟੂ ਹੈਵ ਔਨ ਯੂਰ ਬੋਏ ਚਾਈਲਡ। ਔਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਸ਼ੁਰੂ ਕਰਦੇ ਹਾਂ, ਰੋਟੀ ਪਾਣੀ ਖਾ ਲਿੱਤਾ, ਸਭ ਕੁਛ ਹੈ, ਉਸਦੇ ਵਿੱਚ ਬੱਚੇ ਹੋ ਗਏ, ਔਰ ਬੱਚਿਆਂ ਦੇ ਲਈ ਗੁਗਨੀ ਇਸ ਲੈਵਲ 'ਤੇ ਸੋਚ ਰੱਖਣਾ, ਇੱਕ ਔਰਤ ਦੇ ਲਈ ਤੁਸੀਂ ਜਾਗਰੂਕ ਕਰ ਰਹੇ ਹੋ, ਇੱਕ ਔਰਤ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਸੋਚ ਨੂੰ ਇਸ ਲੈਵਲ 'ਤੇ ਰੱਖੋ। ਗੁਗਨੀ ਗਿੱਲ ਪਨੈਚ ਇੱਕ ਔਰਤ ਹੈਗੀ ਆ, ਖੂਬਸੂਰਤੀ ਦੇ ਵਿੱਚ ਜਿਹੜੀ ਹੈ ਕਾਫੀ ਇਨਾਮ ਜਿੱਤੇ ਹੈਗੇ ਆ, ਪਹਿਚਾਣ ਬਣਾਈ ਹੈਗੀ ਆ। ਗੁਗਨੀ ਗਿੱਲ ਨੂੰ ਪੋਲੀਟਿਕਸ ਦੇ ਵਿੱਚ ਜੋ ਚੀਜ਼ਾਂ ਨੇ ਇੰਸਪਾਇਰ ਕੀਤਾ, ਜੋ ਗੱਲਾਂ ਨੇ ਹੌਸਲਾ ਦਿੱਤਾ, ਜੋ ਸੰਘਰਸ਼ ਦੇਖਿਆ ਉਸਨੇ ਲੋਕਾਂ ਦੇ ਵਿੱਚ, ਉਸਨੇ ਮਜਬੂਰ ਕੀਤਾ ਕਿ ਇੱਕ ਔਰਤ ਨੂੰ ਅੱਗੇ ਸਮਾਜ ਦੇ ਵਿੱਚ ਆ ਕੇ ਜਗਾਉਣਾ ਪਏਗਾ, ਇੱਕ ਕੌਮ ਨੂੰ ਜਗਾਉਣਾ ਪਏਗਾ ਕਿ ਅਸੀਂ ਪੰਜਾਬੀ ਜਿਹੜੇ ਹੈਗੇ ਹਾਂ, ਨਾ ਸਿਰਫ ਅਸੀਂ ਆਪਣੇ ਬਿਜ਼ਨਸ, ਆਪਣੇ ਕੰਮਾਂ ਕਾਰਾਂ 'ਤੇ ਮੱਲਾਂ ਮਾਰ ਕੇ ਬੈਠੀਏ, ਬਲਕਿ ਆਪਣੇ ਪਰਿਵਾਰਾਂ ਦੇ ਵਿੱਚ ਆਪਣੀਆਂ ਔਰਤਾਂ, ਆਪਣੀ ਜਿਹੜੀ ਵੁਮੈਨ ਹੈ, ਆਪਣੇ ਜਿਹੜੇ ਬੱਚੇ ਆ, ਉਹਨਾਂ ਦੇ ਲਈ ਵੀ ਸਾਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਪਏਗਾ, ਚਾਹੀਦਾ ਆ, ਐਂਡ ਸੋਚਣਾ ਪੈਣਾ ਹੈਗਾ ਆ। ਸੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੀ ਡੋਮੈਸਟਿਕ ਵਾਇਲੈਂਸ ਵਿਮੈਨ ਸਹਿੰਦੀਆਂ ਨੇ, ਮੈਂ ਉਹਨਾਂ ਨੂੰ ਅਪੀਲ ਇਹੀ ਕਰੂੰਗੀ ਬਾਰ ਬਾਰ ਕਿ ਪਲੀਜ਼ ਗੋ ਸਪੀਕ ਅਪ ਫੋਰ ਯੋਰਸੈਲਫ, ਜਿਹੜਾ ਲਾਅ ਹੈਗਾ ਨਾ ਉਹ ਤੁਹਾਡੀ ਬਹੁਤ ਹੈਲਪ ਕਰ ਸਕਦਾ, ਸਪੈਸ਼ਲੀ ਇਹਨਾਂ ਮੁਲਕਾਂ ਵਿੱਚ। ਔਰਤਾਂ ਨੂੰ ਪਤਾ ਨਹੀਂ ਕੀ ਵਜ੍ਹਾ ਹੈਗੀ ਹੈ, ਮੈਂ ਬਹੁਤ ਖੁਸ਼ ਹਾਂ ਤੁਹਾਨੂੰ, ਕੈਨੇਡਾ ਦੇ ਵਿੱਚ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੈਗੇ ਹੋ, ਬਹੁਤ ਬਹੁਤ ਪ੍ਰਾਊਡ ਹੋ ਰਿਹਾ, ਬੜਾ
ਗਰਵ ਮਹਿਸੂਸ ਹੋ ਰਿਹਾ ਦੇਖ ਕੇ ਕਿ ਸਾਡੀ ਇੱਕ ਪੰਜਾਬੀ ਕੁੜੀ ਜਿਹੜੀ ਹੈ ਉਹ ਇਹ ਨਹੀਂ ਸੋਚਦੀ ਕਿ ਮੈਂ ਮਾਡਲਿੰਗ ਕੀਤੀ ਆ ਜਾਂ ਮੈਂ ਕਿਸੇ ਫੰਕਸ਼ਨ ਨੂੰ ਹੋਸਟ ਕੀਤਾ ਹੈ ਜਾਂ ਮੈਂ ਕਿਤੇ ਰਿਬਨ ਕੱਟ ਕੇ ਆ ਗਈ ਹਾਂ ਅਤੇ ਬਸ ਮੇਰੀ ਜ਼ਿੰਦਗੀ ਮੇਰਾ ਕਰੀਅਰ ਖਤਮ ਹੋ ਗਿਆ ਜਾਂ ਮੈਂ ਸਿਰਫ ਪੈਸਾ ਕਮਾ ਲਿੱਤਾ ਔਰ ਮੈਂ ਉੱਥੇ ਪਹੁੰਚ ਗਈ ਹਾਂ। ਅੱਜ ਗੁਗਨੀ ਗਿੱਲ ਵਰਗੀ ਹਰ ਔਰਤ ਨੂੰ ਬਣਨ ਦੀ ਜ਼ਰੂਰਤ ਹੈ, ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਪੈਸਾ ਇੱਕ ਹੱਦ ਤੱਕ ਤੁਹਾਨੂੰ ਖੁਸ਼ੀ ਦੇ ਸਕਦਾ ਹੈਗਾ, ਤੁਹਾਨੂੰ ਘਰ ਦੀਆਂ ਸਹੂਲਤਾਂ ਦੇ ਸਕਦਾ ਹੈਗਾ, ਪਰ ਉਸ ਤੋਂ ਬਾਅਦ ਜ਼ਰੂਰੀ ਹੈ ਤੁਹਾਡੇ ਮਨ ਦੀ ਸ਼ਾਂਤੀ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਹਾਂਜੀ ਬਿਲਕੁਲ, ਆਈ ਐਗਰੀ ਐਂਡ ਬਸ ਆਈ ਸੈਡ ਕਿ ਮੇਰਾ ਜਿਹੜਾ ਪੋਲੀਟਿਕਸ 'ਚ ਆਉਣ ਦਾ ਮਕਸਦ ਇਹ ਹੈਗਾ ਹੈ ਕਿ ਵਿਮੈਨ ਆਪਣੀ ਸਾਊਥ ਏਸ਼ੀਅਨ ਜਾਂ ਪੰਜਾਬੀ ਵਿਮੈਨ ਦੀ ਗੱਲ ਮੈਂ ਬਾਅਦ 'ਚ ਕਰਾਂਗੀ। ਓਵਰਆਲ ਵੀ ਜੇ ਦੇਖਿਆ ਜਾਵੇ ਤਾਂ ਪੋਲੀਟਿਕਸ 'ਚ ਵਿਮੈਨ ਦੀ ਜਿਹੜੀ ਗਿਣਤੀ ਆ ਬਹੁਤ ਘੱਟ ਹੈਗੀ ਆ। ਸੋ ਉਹ ਗਿਣਤੀ ਕਿਉਂ ਘੱਟ ਹੈਗੀ ਆ, ਇਹ ਦੈਟਸ ਏ ਕੁਐਸਚਨ ਦੈਟ ਵੀ ਆਈ ਵੁੱਡ ਲਾਈਕ ਟੂ ਆਸਕ ਐਵਰੀ ਵੂਮੈਨ ਐਂਡ ਆਈ ਆਸਕਡ ਮਾਈਸੈਲਫ। ਬਿਲਕੁਲ, ਮੈਂ ਆਪਣੇ ਆਪ ਨੂੰ ਵੀ ਪੁੱਛਿਆ ਜੀ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ, ਲਾਈਕ ਬਹੁਤ ਦਿਲ ਸੀ ਕਿ ਮੈਂ ਜੋ ਕੰਮ ਕਰਦੀ ਆ ਰਹੀ ਹਾਂ ਉਹਦੇ ਲਈ ਮੈਨੂੰ ਇੱਕ ਰਾਈਟ ਪਲੈਟਫਾਰਮ ਮਿਲੇ ਜਿੱਥੋਂ ਕਿ ਮੇਰੀ ਆਵਾਜ਼ ਵਾਕਈ ਕੋਈ ਕਾਨੂੰਨ ਬਣ ਸਕੇ ਜਾਂ ਮੇਰੀ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚੇ ਜਾਂ ਮੈਂ ਕੋਈ ਚੇਂਜ ਲਿਆ ਸਕਾਂ ਜਿਸ ਗੱਲ ਵਿੱਚ ਮੈਂ ਬਿਲੀਵ ਕਰਦੀ ਹਾਂ ਆਪਣੀ ਫੈਲੋ ਵਿਮੈਨ ਲਈ। ਐਂਡ ਮੈਨੂੰ ਇਹ ਗੱਲ ਰੋਕ ਰਹੀ ਸੀ ਕਿ ਨਹੀਂ, ਮੇਰੀ ਅਨਪੋਪੂਲੈਰਿਟੀ, ਇਫ ਆਈ ਸਟੈਪ ਇਨ ਟੂ ਪੋਲੀਟਿਕਸ ਹਾਊ ਵਿਲ ਇਟ ਅਫੈਕਟ ਮਾਈ ਸੈਲਫ ਰਿਸਪੈਕਟ, ਮੇਰੇ ਰਿਲੇਸ਼ਨਸ਼ਿਪ, ਮੇਰੀ ਜ਼ਿੰਮੇਵਾਰੀਆਂ। ਬਟ ਦੈਨ ਫਿਰ ਮੈਂ ਸੋਚਿਆ ਬੈਠ ਕੇ ਕਿ ਮੈਂ ਇੰਨਾ ਕੁਛ ਕਰਦੀ ਆ ਰਹੀ ਹਾਂ, ਹੁਣ ਤੱਕ ਮੈਂ ਇੱਕ ਕਰੀਅਰ ਬਣਾਇਆ ਹੋਇਆ ਸੀ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ, ਮੈਂ ਇੱਕ ਮਾਂ ਬਣੀ ਹਾਂ, ਮੈਂ ਦੋ ਬੱਚਿਆਂ ਨੂੰ ਪਾਲ ਰਹੀ ਹਾਂ, ਮੈਂ ਇੱਕ ਪਤਨੀ ਹਾਂ। ਐਂਡ ਮੈਂ ਆਪਣੇ ਹਸਬੈਂਡ ਨਾਲ ਬੈਠ ਕੇ ਗੱਲ ਕੀਤੀ ਕਿ ਕੋਈ ਮੇਰੇ ਨਾਲ ਸ਼ਿਕਾਇਤ, ਕੋਈ ਮੇਰੇ ਨਾਲ, ਉਹ ਕਹਿੰਦੇ ਬਿਲਕੁਲ ਨਹੀਂ। ਸੋ ਮੈਂ ਕਿਹਾ ਕਿ ਠੀਕ ਆ, ਪੋਲੀਟਿਕਸ 'ਚ ਵੀ ਮੈਨੂੰ ਫਿਰ ਆਉਣਾ ਚਾਹੀਦਾ, ਮੈਨੂੰ ਕਿਉਂ ਨਹੀਂ ਆਉਣਾ ਚਾਹੀਦਾ। ਐਂਡ ਅਗੇਨ ਮੈਂ ਫਿਰ ਘੁੰਮ ਫਿਰ ਕੇ ਉੱਥੇ ਹੀ ਆਉਂਦੀ ਹਾਂ ਕਿ ਪੋਲੀਟਿਕਸ 'ਚ ਆਉਣ ਦਾ ਜਿੱਥੇ ਮੇਰਾ ਮਕਸਦ ਹੈਗਾ ਲੋਕਾਂ ਦੀ ਆਵਾਜ਼ ਬਣਦਾ, ਮੇਰਾ ਸਭ ਨਾਲੋਂ ਵੱਡਾ ਮਕਸਦ ਇਹ ਹੈਗਾ ਕਿ ਮੈਂ ਆਪਣੀਆਂ ਵਿਮੈਨ ਨੂੰ ਇੰਸਪਾਇਰ ਕਰ ਸਕਾਂ ਕਿ ਪੰਜਾਬੀ ਹੋਣਾ ਜਾਂ ਪੰਜਾਬੀ ਕੁੜੀ ਹੋਣਾ ਜਾਂ ਪੰਜਾਬੀ ਔਰਤ ਹੋਣ ਦਾ ਮਤਲਬ ਇਹ ਨਹੀਂ ਕਿ ਲਿਮਿਟ ਯੂਅਰ ਸੈਲਫ, ਨੋ, ਇਟ ਮੀਨਸ ਕਿ ਮੈਂ ਜਦੋਂ ਇਹ ਐਲਾਨ ਕੀਤਾ ਕਿ ਮੈਂ ਪੋਲੀਟਿਕਸ 'ਚ ਆ ਰਹੀ ਹਾਂ, ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੀ ਸ਼ੈਰੀ ਜੀ ਕਿ ਮੈਨੂੰ ਕਿਸੇ ਨੇ ਆ ਕੇ ਮੇਰੇ ਹਸਬੈਂਡ ਨੂੰ ਕਿਹਾ ਕਿ ਸਾਡੇ ਕਮਿਊਨਿਟੀ 'ਚ ਹਜੇ ਵੀ ਇਹੋ ਜਿਹੇ ਲੋਕ ਹਨ ਜਿਹੜੇ ਔਰਤ ਨੂੰ ਦੇਖ ਨਹੀਂ ਸਕਦੇ ਕਿ ਉਹ ਪੋਲੀਟਿਕਸ 'ਚ ਆ ਰਹੀ ਹੈ। ਕੀ ਰਿਐਕਸ਼ਨ ਸੀਗਾ ਜਦੋਂ ਤੁਸੀਂ ਡਿਕਲੇਅਰ ਕੀਤਾ? ਸੋ ਦਿਸ ਕੇਮ ਅਪ ਟੂ ਮੀ ਐਂਡ ਮੈਂ ਇਹੀ ਕਿਹਾ, ਮੈਂ ਕਿਹਾ ਵੀ ਆਈ ਤਾਂ ਮੈਂ ਲੜਾਈ ਲੜ ਰਹੀ ਹਾਂ। ਸੋ ਆਈ ਕੁਐਸਚਨ ਮੇਰੇ 'ਤੇ ਫਿਰ ਆ ਗਿਆ, ਯੂ ਨੋ, ਕਿ ਹਾਂਜੀ ਅਸੀਂ ਪ੍ਰਪੇਅਰਡ ਨਹੀਂ ਹੈਗੇ ਇੱਕ ਔਰਤ ਨੂੰ ਪੋਲੀਟਿਕਸ 'ਚ ਫੀਲਡ 'ਚ ਦੇਖਣ ਲਈ ਜੀ, ਸਪੈਸ਼ਲੀ ਪੰਜਾਬੀ ਕੁੜੀ ਨੂੰ ਜੀ, ਕਿਉਂ ਨਹੀਂ ਪ੍ਰਪੇਅਰਡ ਹੈਗੇ ਕਿਉਂ? ਪਰ ਗੁਗਨੀ ਹੈ ਤੇ ਇਸ ਕੰਟਰੀ ਦੇ ਵਿੱਚ ਸ਼ਾਇਦ ਉਹਨਾਂ ਦੀ ਸੋਚ ਹੋ ਸਕਦੀ ਹੈ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਆਪਾਂ ਆਪਸ ਵਿੱਚ ਗੱਲ ਕਰ ਰਹੇ ਸੀਗੇ ਕਿ ਹਰ ਜਿਹੜੀ ਫਿਲਮ ਐਕਟਰੈਸ ਹੈਗੀ ਆ ਉਹ ਪੋਲੀਟਿਕਸ ਦੇ ਵਿੱਚ ਹੈ, ਬੜੀ ਸਕਸੈਸਫੁਲ ਨੇ। ਬਿਲਕੁਲ, ਸੋ ਵੈਦਰ ਯੂ ਆਰ ਇਨ ਟੂ ਗਲੈਮਰਸ ਪ੍ਰੋਫੈਸ਼ਨ ਡਜ਼ ਨਾਟ ਮੈਟਰ। ਇਨਫੈਕਟ ਮੇਰੇ ਇਸ ਪ੍ਰੋਫੈਸ਼ਨ ਨੇ, ਮੈਂ ਐਕਟਿੰਗ ਕੀਤੀ ਜਾਂ ਮੈਂ ਮਾਡਲਿੰਗ ਕੀਤੀ, ਇਸ ਨੇ ਮੇਰੀ ਮਦਦ ਕੀਤੀ ਕਿ ਮੈਂ ਜੋ ਵੀ ਥੋੜ੍ਹਾ ਬਹੁਤ ਨਾ ਖੱਟਿਆ ਉਹ ਮੈਂ ਲੋਕ ਭਲਾਈ ਵੱਲ ਲਾ ਸਕਾਂ। ਜੇ ਮੈਂ ਕੋਈ ਵੀ ਨਾ ਹੁੰਦੀ ਮੈਂ ਕੀ ਕਰ ਸਕਦੀ ਸੀ ਕਿਸੇ ਲਈ? ਜੀ ਗੁਗਨੀ, ਤੁਹਾਨੂੰ ਲੱਗਦਾ ਕਿ ਔਰਤਾਂ ਜਿਹੜੀਆਂ ਕਿ ਕਹਿੰਦੀਆਂ ਕਿ ਅਸੀਂ ਇੱਕ ਮਾਡਲਿੰਗ ਦੀ ਦੁਨੀਆ 'ਚ ਹੈਗੀਆਂ, ਅਸੀਂ ਫਿਲਮ ਸਟਾਰ ਬਣਨਾ ਚਾਹੁੰਦੇ, ਕਿ ਕਿਤੇ ਨਾ ਕਿਤੇ ਉਹਨਾਂ ਨੂੰ ਆ ਕੇ ਲੋਕ ਭਲਾਈ ਲਈ ਜਾਂ ਸਮਾਜ ਸੇਵਾ ਦੇ ਲਈ ਵੀ ਆਉਣਾ ਚਾਹੀਦਾ? ਬਿਲਕੁਲ ਆਉਣਾ ਚਾਹੀਦਾ। ਮੈਂ ਕਹਿੰਦੀ ਹਾਂ ਕਿ ਜੇਕਰ ਉਸ ਨਾਂ ਦਾ ਫਾਇਦਾ ਕਿ ਉਸ ਨਾਂ ਨੂੰ ਖੱਟਣ ਦਾ ਫਾਇਦਾ ਕਿ ਜੋ ਲੋਕ ਜੋ ਕਿਸੇ ਦੀ ਭਲਾਈ ਲਈ ਤੁਸੀਂ ਨਹੀਂ ਵਰਤਦੇ ਆ, ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਆ। ਜਿਉਣ ਦਾ ਸਵਾਦ ਉਦੋਂ ਆਉਂਦਾ ਜਦੋਂ ਤੁਸੀਂ ਦੂਸਰਿਆਂ ਲਈ ਜਿਉਂਦੇ ਹੋ। ਜਦ ਮੈਂ ਆਪਣੇ ਬੱਚਿਆਂ ਨੂੰ ਸ਼ੈਰੀ ਜੀ ਰਾਤ ਨੂੰ ਬੈੱਡ 'ਤੇ ਪਾਉਂਦੀ ਹਾਂ, ਉਹਨਾਂ ਨੂੰ ਮੈਂ ਕੰਫਰਟ ਕਰਦੀ ਹਾਂ, ਉਹਨਾਂ ਨੂੰ ਮੈਂ ਕਿਸ ਕਰਦੀ ਹਾਂ, ਉਹਨਾਂ ਕੋਲ ਬੈਠ ਕੇ ਪਾਠ ਕਰਦੀ ਹਾਂ, ਤਾਂ ਮੇਰੇ ਮਨ 'ਚ ਬਹੁਤ ਵਾਰੀ ਇਹ ਖਿਆਲ ਆਉਂਦਾ ਹੈ ਕਿ ਕਿੰਨੇ ਲੋਕ ਆ ਜਿਹੜੇ ਕਿੰਨੇ ਬੱਚੇ ਨੇ ਇਸ ਵੇਲੇ ਸਪੈਸ਼ਲੀ ਹਿੰਦੁਸਤਾਨ ਵਰਗੇ ਮੁਲਕ ਵਿੱਚ ਵੀ ਜਿਹਨਾਂ ਕੋਲ ਮਾਵਾਂ ਨਹੀਂ ਹੈਗੀਆਂ ਉਹਨਾਂ ਨੂੰ ਕੰਫਰਟ ਕਰਨ ਨੂੰ, ਜਾਂ ਜਿਹੜੇ ਸੜਕਾਂ 'ਤੇ ਜਾ ਕੇ ਸੌਂਦੇ ਜਿਹੜੇ ਸੜਕਾਂ। ਸੋ ਮੈਂ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਉਸ ਪਰਮਾਤਮਾ ਦਾ ਕਿ ਉਸ ਵਾਹਿਗੁਰੂ ਨੇ ਇੰਨੀ ਕੁ ਸਹੂਲਤ ਦਿੱਤੀ ਹੈਗੀ ਕਿ ਮੇਰੇ ਬੱਚਿਆਂ ਦੇ ਸਿਰ 'ਤੇ ਛੱਤ ਹੈਗੀ ਆ ਅਤੇ ਮੇਰੇ ਬੱਚਿਆਂ ਕੋਲ ਮਾਂ ਹੈਗੀ ਆ, ਪਿਓ ਹੈਗਾ ਆ। ਬਿਲਕੁਲ ਠੀਕ ਗੁਗਨੀ, ਮੈਂ ਦੇਖ ਰਹੀ ਸੀਗੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਬਹੁਤ ਵੱਡਾ ਰੋਲ ਪਲੇ ਕਰ ਰਿਹਾ, ਕੋਈ ਵੀ ਨਿੱਕੀ ਜਿਹੀ ਗੱਲ ਹੁੰਦੀ ਹੈ ਤੁਸੀਂ ਫੇਸਬੁੱਕ, ਟਵਿੱਟਰ ਜਾਂ ਫਿਰ ਕਿਸੇ ਵੀ ਵੈਬਸਾਈਟ 'ਤੇ ਬਹੁਤ ਜਲਦੀ ਫੋਲੋ ਕਰਦੇ ਹੋ, ਔਰ ਤੁਹਾਡੀ ਇਸ ਗੱਲ ਤੋਂ ਮੈਨੂੰ ਇੱਕਦਮ ਪਿਕਚਰ ਤਸਵੀਰ ਮੇਰੀ ਅੱਖਾਂ ਦੇ ਸਾਹਮਣੇ ਆ ਗਈ ਕਿ ਇੱਕ ਬੱਚਾ ਜਿਸ ਦੇ ਕੱਪੜੇ ਪਾਟੇ ਹੋਏ ਆ ਉਸਨੇ ਝੋਲੀ ਦੇ ਵਿੱਚ ਆਪਣੇ ਛੋਟੇ ਜਿਹੇ ਬ੍ਰਦਰ ਨੂੰ, ਆਪਣੇ ਭਰਾ ਨੂੰ, ਛੋਟੇ ਜਿਹੇ ਨੂੰ ਐਵੇਂ ਛਾਤੀ ਦੇ ਨਾਲ ਲਗਾਇਆ ਹੋਇਆ, ਔਰ
ਦੁੱਧ ਦੀ ਗੰਦੀ ਜੀ ਬੋਤਲ ਉਸਦੇ ਮੂੰਹ 'ਚ ਲਾਈ ਹੋਈ ਹੈ ਔਰ ਉਸਨੂੰ ਲੈ ਕੇ ਪੌੜੀਆਂ 'ਤੇ ਕੋਈ ਫਟਿਆ ਹੋਇਆ ਜਿਹੜਾ ਫੁੱਟਮੈਟ ਹੈਗਾ ਉਹਦੇ ਉੱਪਰ ਉਸਨੂੰ ਲੈ ਕੇ ਧੁੱਪੇ ਸੜ ਰਿਹਾ ਔਰ ਉਸ ਤਸਵੀਰ ਨੂੰ ਮਿਲੀਅਨ ਲਾਈਕਸ ਮਿਲੇ ਹੈ ਜੀ, ਲੋਕਾਂ ਨੇ ਕਰੋੜਾਂ ਲੋਕਾਂ ਨੇ ਉਸ ਫੋਟੋ ਨੂੰ ਪਸੰਦ ਕੀਤਾ ਪਰ ਉਸ ਬੱਚੇ ਨੂੰ ਜਾ ਕੇ ਰੋਟੀ ਨਹੀਂ ਦਿੱਤੀ ਕਿਸੇ ਨੇ ਸੋ ਸਾਡੇ ਸਮਾਜ ਦਾ ਇਹ ਹਾਲ ਹੈ ਕਿ ਹਾਂਜੀ ਅਨਫੋਰਚੁਨੇਟਲੀ ਯੈਸ ਪਰ ਉਹੀ ਗੱਲ ਉਹੀ ਹੈਗੀ ਜੀ ਜੇ ਹਰ ਇਨਸਾਨ ਵਿੱਚ ਇਹੋ ਜਿਹਾ ਜਜ਼ਬਾ ਆ ਜਾਵੇ ਕਿ ਅਸੀਂ ਦੁਨੀਆ 'ਚ ਬਦਲਾਵ ਲਿਆਈਏ ਤਾਂ ਆਈ ਥਿੰਕ ਦੁਨੀਆ ਵੁੱਡ ਹੈਵ ਬੀਨ ਪਰਫੈਕਟ ਪਲੇਸ ਜੀ ਔਰ ਖਾਸ ਤੌਰ 'ਤੇ ਆਪਣੇ ਜਿਹੜੇ ਪੰਜਾਬੀ ਹੈਗੇ ਆ ਜਿਹੜੇ ਦਾਅਵਾ ਕਰਦੇ ਆ ਕਿ ਤੁਸੀਂ ਮੇਰੇ ਰਿਸ਼ਤੇਦਾਰ ਹੋ ਤੁਸੀਂ ਕੈਨੇਡਾ ਅਮਰੀਕਾ 'ਚ ਆਓ ਅਸੀਂ ਤੁਹਾਨੂੰ ਨਾਲ ਹੀ ਕੰਮ 'ਤੇ ਲਾ ਦਿਆਂਗੇ ਅਸੀਂ ਤੁਹਾਨੂੰ ਫਲਾਣੀ ਜਗ੍ਹਾ ਉਹੀ ਇੱਕ ਵਕਤ ਅਜਿਹਾ ਆਉਂਦਾ ਕਿ ਜਦੋਂ ਆਪਣੇ ਉਸ ਰਿਸ਼ਤੇਦਾਰ ਨੂੰ ਅੱਗੇ ਵੱਧਦੇ ਹੋਏ ਦੇਖ ਕੇ ਉਸ ਨੂੰ ਖਿੱਚਣ ਵਾਸਤੇ ਤਿਆਰ ਹੋ ਜਾਂਦੇ ਆ ਸੋ ਮਨ ਦੇ ਵਿੱਚੋਂ ਇਹ ਭਾਵਨਾ ਕੱਢਣੀ ਬਹੁਤ ਜ਼ਰੂਰੀ ਹੈ ਕਿ ਜੇ ਮਦਦ ਕੀਤੀ ਹੈ ਤਾਂ ਫਿਰ ਜ਼ਿੰਦਗੀ ਭਰ ਲਈ ਮਦਦ ਕਰੋ ਮੈਂ ਬਸ ਇਹੀ ਆਈ ਵਾਂਟ ਟੂ ਸੇ ਇਜ਼ ਕਿ ਕਦੇ ਵੀ ਇਹ ਸੋਚ ਕੇ ਨਾ ਜ਼ਿੰਦਗੀ 'ਚ ਪਿੱਛੇ ਹਟੋ ਜੇ ਵਾਕਈ ਤੁਸੀਂ ਕਿਸ ਤੁਹਾਡੇ ਮਨ 'ਚ ਜਜ਼ਬਾ ਆਉਂਦਾ ਹੈ ਕਿਸੇ ਲਈ ਦੀ ਜ਼ਿੰਦਗੀ ਬਦਲਣ ਦਾ ਤਾਂ ਕਦੇ ਵੀ ਇਹ ਸੋਚ ਕੇ ਪਿੱਛੇ ਨਾ ਹਟੋ ਕਿ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਮੈਨੂੰ ਬਹੁਤ ਵਾਰੀ ਸੁਣਨ ਨੂੰ ਮਿਲਿਆ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਪਰ ਤੁਸੀਂ ਯੋਰ ਸਮਾਲ ਸਟੈਪ ਅਸੀਂ ਸੈਟ ਤੁਹਾਡੇ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਛੋਟੀ ਜਿਹੀ ਗੱਲ ਨੇ ਕਿਸੇ ਦੀ ਜ਼ਿੰਦਗੀ ਕਿੱਦਾਂ ਬਦਲ ਦੇਣੀ ਹੈ ਜੇ ਕੁਕ ਨੇ ਕੁਛ ਸਾਡੀ ਘਰ ਬੈਠੀਆਂ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਕੁਝ ਤੁਸੀਂ ਸਟੈਪ ਦੱਸਣਾ ਚਾਹੁੰਦੇ ਹੋ ਕਿ ਕਿਵੇਂ ਆਪਣੇ ਆਪ ਨੂੰ ਹੋਰ ਅੱਗੇ ਵਧਾ ਸਕਦੀਆਂ ਵੈਲ ਦੇ ਹੈਵ ਟੂ ਫਾਈਂਡ ਦੈਮਸੈਲਵਸ ਹਨਾ ਸਭ ਨਾਲੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰੋ ਆਪਣੇ ਮਨ ਨੂੰ ਟਟੋਲੋ ਦੇਖੋ ਕਿ ਤੁਹਾਨੂੰ ਸਭ ਨਾਲੋਂ ਵੱਧ ਸਕੂਨ ਕਾਹਦੇ ਵਿੱਚ ਮਿਲਦਾ ਹੈਗਾ ਬਿਲਕੁਲ ਠੀਕ ਹਾਂਜੀ ਪੜ੍ਹਾਈ ਦੇ ਵਿੱਚ ਕਿਤਾਬਾਂ ਪੜ੍ਹਨ ਦੇ ਵਿੱਚ ਕੁਝ ਸਮਝਣ ਦੇ ਵਿੱਚ ਤੁਸੀਂ ਅਖਬਾਰ ਪੜ੍ਹ ਕੇ ਵੀ ਉਸ ਦੀ ਤਹਿ ਤੱਕ ਜਾ ਸਕਦੇ ਹੈਗੇ ਹੋ ਜੀ ਜੀ ਅੱਜ ਦੀ ਅੱਜ ਤਾਂ ਆਪਾਂ ਇਹੋ ਜਿਹੇ ਯੁੱਗ ਵਿੱਚ ਬੈਠੇ ਹਾਂ ਜਿੱਥੇ ਕਿ ਟਿਪ ਆਫ ਆਰ ਫਿੰਗਰਸ ਆਪਾਂ ਨੂੰ ਸਾਰਾ ਕੁਛ ਨੌਲੇਜ ਤੋਂ ਲੈ ਕੇ ਐਨੀ ਇਨਫੋਰਮੇਸ਼ਨ ਵੀ ਵਾਂਟ ਇਟ ਇਜ਼ ਰਾਈਟ ਦੇਅਰ ਸੋ ਆਈ ਡੋਂਟ ਥਿੰਕ ਕਿ ਕੋਈ ਵੀ ਵਜ੍ਹਾ ਹੋਣੀ ਚਾਹੀਦੀ ਹੈ ਔਰਤ ਨੂੰ ਪਿੱਛੇ ਹਟਣ ਲਈ ਜਾਂ ਪਿੱਛੇ ਹੋਣ ਲਈ ਔਰਤ ਜਿਹੜੀ ਹੈਗੀ ਆ ਦੁੱਗਣਾ ਕੰਮ ਕਰਦੀ ਹੈ ਸ਼ੀ ਵਰਕਸ ਟਵਾਈਸ ਮੋਰ ਦੈਨ ਏ ਮੈਨ ਯੂ ਨੋ ਐਂਡ ਦੇਖੋ ਸਭ ਨਾਲੋਂ ਵੱਡੀ ਗੱਲ ਹੈਗੀ ਹੈ ਕਿ ਪਰਮਾਤਮਾ ਨੇ ਵੀ ਔਰਤ ਨੂੰ ਮਾਂ ਬਣਨ ਦਾ ਹੱਕ ਦਿੱਤਾ ਆ ਬਿਲਕੁਲ ਠੀਕ ਜਿਹਦੇ ਚ ਸਭ ਨਾਲੋਂ ਵੱਡਾ ਦਰਦ ਹੈ ਔਰ ਔਰਤ ਨੂੰ ਸਮਝ ਆਣਾ ਬਹੁਤ ਜ਼ਰੂਰੀ ਹੈ ਕਿ ਮੈਂ ਉਸ ਰੱਬ ਦੀ ਉਸ ਜਿਹੜੀ ਖਾਸ ਉਸਦੀ ਮੇਰੇ 'ਤੇ ਮਿਹਰ ਹੈਗੀ ਆ ਔਰ ਮੈਂ ਇਸਨੂੰ ਐਵੇਂ ਜ਼ਾਇਆ ਨਾ ਕਰਾਂ ਬਿਲਕੁਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਰੱਬ ਨੇ ਆਪਾਂ ਨੂੰ ਉਹ ਦਰਦ ਸਹਿਣ ਦੀ ਸ਼ਮਤਾ ਦਿੱਤੀ ਆ ਆਪਾਂ ਨੂੰ ਸੁਪੀਰੀਅਰ ਰੱਖਿਆ ਹੈਗਾ ਆ ਆਦਮੀ ਨੂੰ ਕਿਉਂ ਨਹੀਂ ਰੱਖਿਆ ਮੈਂ ਇੱਥੇ ਆਦਮੀਆਂ ਦੇ ਖਿਲਾਫ਼ ਬੋਲਣ ਨਹੀਂ ਆਈ ਐਬਸੋਲੂਟਲੀ ਨਾਟ ਆਈ ਐਮ ਨਾਟ ਹੇਅਰ ਟੂ ਸਪੀਕ ਅਗੇਂਸਟ ਮੈਨ ਯੂ ਨੋ ਬਿਕਾਜ਼ ਦੋਨਾਂ ਨੇ ਹੀ ਕੰਪਲੀਟ ਇੱਕ ਦੂਜੇ ਨੂੰ ਕਰਨਾ ਹੈਗਾ ਇਸ ਵਰਲਡ ਨੂੰ ਦੋਨਾਂ ਨੇ ਕਹਿੰਦੇ ਬੈਲੈਂਸ ਬਹੁਤ ਜ਼ਰੂਰੀ ਬਿਲਕੁਲ ਦੋਨੋਂ ਜਿਹੜੇ ਹੈਗੇ ਆ ਹਾਂਜੀ ਗੱਡੀ ਤਾਂ ਹੀ ਚੱਲਣੀ ਆ ਵੈਰੀ ਇੰਪੋਰਟੈਂਟ ਹਿੰਦੁਸਤਾਨ 'ਚ ਇਸ ਵੇਲੇ ਮੁੰਡਿਆਂ ਦੀ ਤਾਦਾਦ ਵੱਧ ਹੈ ਕੁੜੀਆਂ ਦੀ ਘੱਟ ਹੈਗੀ ਆ ਸੋ ਉੱਥੇ ਹੁਣ ਇਸ ਵੇਲੇ ਕਿੰਨੀ ਪ੍ਰੋਬਲਮ ਆ ਔਰ ਕਿਸੇ ਨੇ ਤੇ ਸੋਚ ਜਗਾਈ ਹੋਣੀ ਹੈ ਕਿ ਜਿਹੜੀ ਜਿਹੜਾ ਫੀਮੇਲ ਫਾਰਟੀਸਾਈਡ ਹੈ ਤੁਸੀਂ ਕੰਨਿਆ ਭਰੂਣ ਹੱਤਿਆ ਕਰ ਰਹੇ ਹੈਗੇ ਹੋ ਉਹ ਕਿਤੇ ਜਾ ਕੇ ਕਿਤੇ ਦਾ ਖਤਮ ਕਰੋ ਅੱਜ ਉਹੀ ਮੁਸ਼ਕਲਾਤਾਂ ਦਾ ਸਾਹਮਣਾ ਮੁੰਡਿਆਂ ਨੂੰ ਕਰਨਾ ਪੈ ਰਿਹਾ ਹੈ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿ ਜੇ ਵਾਹਿਗੁਰੂ ਜੀ ਨੇ ਆਪਾਂ ਨੂੰ ਇਹ ਕਿਹਾ ਹੈਗਾ ਹੈ ਕਿ ਤੁਸੀਂ ਸੁਪੀਰੀਅਰ ਹੋ ਤਾਂ ਆਪਣੇ ਆਪ ਨੂੰ ਪਲੀਜ਼ ਸੁਪੀਰੀਅਰ ਮੰਨ ਕੇ ਹੀ ਚੱਲੋ ਔਰ ਕਦੇ ਵੀ ਇਸ ਕਿਸੇ ਵੀ ਗੱਲ ਤੋਂ ਡਰ ਕੇ ਜਾਂ ਸੋਸ਼ਲ ਜਾਂ ਸੁਸਾਇਟੀ ਤੋਂ ਡਰ ਕੇ ਕਿ ਹਾਂਜੀ ਸਾਡੇ ਬਾਰੇ ਕੌਣ ਕੀ ਕਹੂਗਾ ਕੀ ਕਿੱਦਾਂ ਕਹੂਗਾ ਕਦੇ ਵੀ ਆਪਣੀ ਡ੍ਰੀਮਸ ਨੂੰ ਪਿੱਛੇ ਨਾ ਰੱਖੋ ਬਿਲਕੁਲ ਕਦੇ ਵੀ ਪਿੱਛੇ ਨਾ ਰੱਖੋ ਪਿਆਰੇ ਦਰਸ਼ਕੋ ਗੁਗਨੀ ਗਿੱਲ ਨੇ ਰਾਜਨੀਤੀ ਦੇ ਵਿੱਚ ਕਦਮ ਰੱਖ ਲਿੱਤਾ ਹੈ ਰਾਜਨੀਤੀ ਨੂੰ ਆਪਣਾ ਕਰੀਅਰ ਬਣਾਉਣ ਲਈ ਗੁਗਨੀ ਗਿੱਲ ਟੋਰਾਂਟੋ ਤੋਂ ਜਿਹੜੇ ਆ ਇਲੈਕਸ਼ਨਸ ਲੜਨ ਵਾਲੀ ਹੈਗੀ ਹੈ ਮੈਂ ਔਰ ਗੁਗਨੀ ਗਿੱਲ ਔਰ ਸਾਰੀ ਪੰਜਾਬੀਅਤ ਸਾਰੀ ਕੌਮ ਨੂੰ ਇੱਕ ਵਾਰੀ ਅਸੀਂ ਜਗਾਉਣਾ ਚਾਹੁੰਦੇ ਹਾਂ ਜੇ ਕੁੜੀ ਕੋਸ਼ਿਸ਼ ਕਰ ਰਹੀ ਹੈ ਜੇ ਇੱਕ ਔਰਤ ਇੱਕ ਮਾਂ ਆਦਮੀਆਂ ਦੇ ਇਸ ਸਮਾਜ ਦੇ ਵਿੱਚ ਅੱਗੇ ਵੱਧ ਕੇ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਮੇਰੇ ਖਿਆਲ ਤੋਂ ਜਿੰਨੀਆਂ ਸਾਰੀਆਂ ਭੈਣਾਂ ਇਸ ਵੇਲੇ ਇਸ ਪ੍ਰੋਗਰਾਮ ਨੂੰ ਵੇਖ ਰਹੀਆਂ ਨੇ ਤੁਹਾਨੂੰ ਗੁਗਨੀ ਗਿੱਲ ਨੂੰ ਔਰ ਗੁਗਨੀ ਗਿੱਲ ਵਰਗੀ ਹਰ ਔਰਤ ਨੂੰ ਸਪੋਰਟ ਕਰਨਾ ਉਸਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਔਰਤਾਂ ਘਰਾਂ ਦੇ ਵਿੱਚ ਸਿਰਫ ਚੁੱਕੇ ਚੌਕੇ ਅਤੇ ਚੁੱਲ੍ਹੇ ਤੱਕ ਰਹਿ ਜਾਣਗੀਆਂ ਰਸੋਈ ਘਰ ਤੱਕ ਰਹਿ ਜਾਣਗੀਆਂ ਵੱਧ ਤੋਂ ਵੱਧ ਥੋੜ੍ਹੇ ਜਿਹੇ ਕੰਮ ਕਾਰ ਕਰ ਲੈਣਗੀਆਂ ਪਰ ਉਸ ਆਜ਼ਾਦੀ ਦੇ ਨਾਲ ਉਸ ਬਖੂਬੀ ਦੇ ਨਾਲ ਆਪਣੀ ਕਾਬਲੀਅਤ ਨੂੰ 100% ਨਹੀਂ ਵਿਖਾ ਸਕਣਗੀਆਂ ਜੇਕਰ ਅਸੀਂ ਔਰਤ ਦੇ ਪੈਰ ਹਰ ਯੁੱਗ ਦੇ ਵਿੱਚ ਖਿੱਚਦੇ ਰਹੇ ਔਰ ਇਸ ਸਮਾਜ ਨੂੰ ਮਰਦ ਪ੍ਰਧਾਨ ਸਮਾਜ ਬਣਾ ਕੇ ਚੱਲਦੇ ਰਹੇ ਅਤੇ ਮੈਂ ਨਾਲ ਦੀ ਨਾਲ ਇਹ ਜ਼ਰੂਰ ਦੱਸਣਾ ਚਾਹਾਂਗੀ ਸ਼ੈਰੀ ਆਈ ਨੋ ਕਿ ਆਪਣਾ ਸਮਾਂ ਵੀ ਹੁੰਦਾ ਜਾ ਰਿਹਾ ਕਿ ਮੈਂ ਬਹੁਤ ਜਲਦ ਇੱਕ ਵਿਮੈਨ
ਦੀ ਐਸੋਸੀਏਸ਼ਨ ਬਹੁਤ ਜ਼ਰੂਰੀ ਹੈ ਗੁਰਨੀ, ਜਿਸ ਤਰ੍ਹਾਂ ਕਿ ਆਮ ਲੋਕੀ ਕੁੜੀਆਂ ਲੇਡੀਜ਼ ਜਿਹੜੀ ਵੀ ਤਕਲੀਫ ਵਿੱਚ ਹੈਗੀਆਂ ਤੁਹਾਡੇ ਤੱਕ ਪਹੁੰਚ ਸਕਣ। ਯਾ ਮੈਂ ਇੱਕ ਕਾਫੀ ਪਾਵਰਫੁਲ ਐਸੋਸੀਏਸ਼ਨ ਬਣਾਉਣ ਦੇ ਹੱਕ ਵਿੱਚ ਹੈਗੀ ਆ, ਨਾਟ ਓਨਲੀ ਕੈਨੇਡਾ ਵਾਈਡ ਬਟ ਈਵਨ ਨਾਰਥ ਅਮਰੀਕਾ ਵਾਈਡ, ਐਂਡ ਮੈਂ ਸਾਰਿਆਂ ਦੀ ਸਪੋਰਟ, ਤੁਹਾਡੀ ਸਪੋਰਟ ਵੀ ਮੰਗ ਰਹੀ ਆ। ਬਿਲਕੁਲ, ਸਾਡੀ ਸਪੋਰਟ ਹੈ ਤੁਹਾਡੇ ਨਾਲ। ਸੋ ਮੈਂ ਬਹੁਤ ਜਲਦ ਯੂ ਨੋ ਆਪਣੇ ਆਪਣੇ ਵਿਊਅਰਸ ਤੱਕ ਆਪਾਂ ਲੈ ਕੇ ਆਵਾਂਗੇ ਉਸ ਇਨਫੋਰਮੇਸ਼ਨ ਨੂੰ। ਸੋ ਉਹ ਦੈਟ ਵਿਲ ਬੀ ਟੂ ਸਪੋਰਟ ਏ ਹੈਲਪ ਲਾਈਨ ਫਾਰ ਵਿਮੈਨ, ਐਂਡ ਮੈਂ ਚਾਹੁੰਦੀ ਹਾਂ ਕਿ ਓਨੀ ਦੇਰ ਯੂ ਨੋ ਜੇਕਰ ਸਾਡੀਆਂ ਭੈਣਾਂ ਨੂੰ ਕੋਈ ਤਕਲੀਫ ਹੈ, ਕੋਈ ਗੱਲਬਾਤ ਹੈਗੀ ਹੈ ਤਾਂ ਤੁਸੀਂ, ਮੈਂ ਈਮੇਲ ਐਡਰੈਸ ਦੇਣਾ ਚਾਹੁੰਦੀ ਹਾਂ info.us@getpunjabi.tv ਤੇ। ਤੁਸੀਂ ਗੁਗਨੀ ਗਿੱਲ ਤੋਂ ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ, ਕੋਈ ਮਦਦ ਹੈਗੀ ਹੈ, ਕੁਝ ਵੀ ਅੱਗੇ ਵਧਣ ਵਾਸਤੇ ਤੁਸੀਂ ਜਾਣਨਾ ਚਾਹੁੰਦੇ ਹੋ, ਈਮੇਲ ਕਰ ਸਕਦੇ ਹੋ ਇੱਕ ਵਾਰ ਫਿਰ info.us@getpunjabi.tv ਤੇ। ਥੈਂਕ ਯੂ ਸੋ ਮਚ ਆਰੀਆ ਜੀ, ਐਂਡ ਇਸ ਦੇ ਨਾਲ ਨਾਲ ਮੈਂ ਇਹ ਟਾਈਮ ਲੈਣਾ ਚਾਹੁੰਦੀ ਹਾਂ ਕਹਿਣ ਨੂੰ ਕਿ ਪਲੀਜ਼ ਪਲੀਜ਼ ਆਪਣੇ ਹੱਕ ਨੂੰ ਕਦੇ ਨਾ ਭੁੱਲੋ। ਪਲੀਜ਼ ਜੇਕਰ ਤੁਹਾਡੇ 'ਚ ਕਾਬਲੀਅਤ ਹੈਗੀ ਹੈ, ਜੋ ਕਿ ਮੈਂ ਮੰਨਦੀ ਹੈਗੀ ਹਾਂ ਕਿ ਹਰ ਇਨਸਾਨ ਵਿੱਚ ਹੈਗੀ ਹੈ, ਚਾਹੇ ਉਹ ਔਰਤ ਚਾਹੇ ਉਹ ਮਰਦ, ਆਪਾਂ ਸਾਰੇ ਇੰਡੀਵਿਜੁਅਲਸ ਇੱਕ ਯੂਨੀਕਨੈਸ ਨਾਲ ਜੰਮੇ ਹੋਏ ਹਾਂ। ਪਰਮਾਤਮਾ ਨੇ ਆਪਾਂ ਨੂੰ ਇਸ ਦੁਨੀਆਂ ਵਿੱਚ ਭੇਜਿਆ, ਅਤੇ ਸਭ ਨਾਲੋਂ ਵੱਡੀ ਗੱਲ ਹੈ ਕਿ ਮਾਨਵ ਦੇ ਕੇ ਭੇਜਿਆ ਹੈ, ਬਿਲਕੁਲ ਠੀਕ, ਅਤੇ ਇੱਕ ਜ਼ਿੰਦਗੀ ਦੇ ਕੇ ਭੇਜਿਆ ਹੈਗਾ ਆ। ਸੋ ਇਸ ਜ਼ਿੰਦਗੀ ਨੂੰ ਪੂਰੇ ਪੱਖੋਂ ਜੀਓ, ਜੋ ਕੁਛ ਵੀ ਤੁਹਾਡੇ ਵਿੱਚ ਚੰਗਾ ਹੈਗਾ ਉਹਨੂੰ ਬਾਹਰ ਕੱਢੋ ਅਤੇ ਉਹਨੂੰ ਬਾਹਰ ਲੈ ਕੇ ਆਓ, ਅਤੇ ਆਪਣੇ ਬੱਚਿਆਂ ਲਈ ਇੱਕ ਚੰਗੇ ਇਗਜ਼ੈਂਪਲ ਬਣੋ, ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈਗਾ, ਸਾਡੇ ਬੱਚੇ, ਉਹ ਸਾਡੇ 'ਤੇ ਮਾਣ ਕਰ ਸਕਣ ਕਿ ਸਾਡੇ ਮਾਪਿਆਂ ਨੇ ਸਾਨੂੰ ਇੱਦਾਂ ਪਾਲਿਆ ਹੈਗਾ, ਅਤੇ ਸਾਨੂੰ ਕੱਲ੍ਹ ਨੂੰ ਉਹਨਾਂ 'ਤੇ ਮਾਣ ਹੋ ਸਕੇ। ਆਪਾਂ ਹਮੇਸ਼ਾ ਇਹ ਸੋਚਦੇ ਹਾਂ ਪੰਜਾਬੀ ਕਮਿਊਨਿਟੀ 'ਚ ਖਾਸ ਕਰਕੇ ਕਿ ਪੁੱਤਾਂ ਤੋਂ ਸਾਡੀ ਆਸ, ਧੀਆਂ ਤੋਂ ਸਾਡੀ ਆਸ, ਨਹੀਂ ਮੈਂ ਕਹਿੰਦੀ ਹਾਂ ਪਹਿਲਾਂ ਇਹ ਦੇਖੋ ਕਿ ਸਾਡੇ ਪੁੱਤਾਂ ਧੀਆਂ ਨੂੰ ਸਾਤੋਂ ਕੀ ਆਸ ਹੈ, ਉਹ ਆਸ ਨੂੰ ਪੂਰਾ ਕਰੋ, ਉਸ ਤੋਂ ਬਾਅਦ ਆਪਣੇ ਪੁੱਤਾਂ ਤੋਂ ਅਤੇ ਆਪਣੀ ਧੀਆਂ ਤੋਂ ਆਸ ਰੱਖੋ। ਬਿਲਕੁਲ ਠੀਕ, ਬਹੁਤ ਖੂਬਸੂਰਤ ਗੁਗਨੀ, ਬਿਊਟੀ ਵਿਦ ਬ੍ਰੇਨ, ਦੇਖ ਵੀ ਲਿੱਤਾ, ਸੁਣ ਵੀ ਲਿੱਤਾ, ਪਹਿਲੇ ਜਾਣਦੇ ਸੀਗੇ ਹੁਣ ਮਿਲ ਵੀ ਲਿੱਤਾ ਅਤੇ ਦਰਸ਼ਕਾਂ ਨੂੰ ਵੀ ਮਿਲਾ ਦਿੱਤਾ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਨਾਲ ਜਿਹੜੇ ਦਰਸ਼ਕ ਇਸ ਵੇਲੇ ਜੁੜੇ ਨੇ ਪ੍ਰੋਗਰਾਮ ਦੇ ਰਾਹੀਂ, ਉਹ ਇਸ ਪ੍ਰੋਗਰਾਮ ਨੂੰ ਖਾਲੀ ਇੱਕ ਮਹਿਜ਼ ਕੁਛ ਮਿੰਟਾਂ ਦਾ ਪ੍ਰੋਗਰਾਮ ਨਾ ਸਮਝਦੇ ਹੋਏ, ਇੱਕ ਔਰਤ ਦੇ ਸਮਾਜ ਦੇ ਸੁਧਾਰ ਦੀ ਜਦੋਂ ਗੱਲ ਹੁੰਦੀ ਹੈ ਉਸਨੂੰ ਖਿਆਲ ਵਿੱਚ ਰੱਖਦੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨ ਔਰ ਕਰਨਾ ਬਹੁਤ ਜ਼ਰੂਰੀ ਹੈਗਾ। ਅਤੇ ਮੇਰੇ ਆਉਣ ਲਈ, ਮੇਰੇ ਆਉਣ ਵਾਲੀ ਇਲੈਕਸ਼ਨਸ ਲਈ ਮੈਂ ਚਾਹੁੰਦੀ ਹਾਂ ਮੇਰੀਆਂ ਮਾਤਾਵਾਂ ਮੈਨੂੰ ਮੈਨੂੰ ਆਪਣੇ ਅਰਦਾਸਾਂ 'ਚ ਯਾਦ ਰੱਖੋ ਅਤੇ ਮੇਰੇ ਲਈ ਅਰਦਾਸ ਜ਼ਰੂਰ ਕਰਿਓ। ਗੱਲ ਜਿੱਤ ਹਾਰ ਦੀ ਨਹੀਂ, ਗੱਲ ਸਿਰਫ ਇੱਕ ਪਲੈਟਫਾਰਮ ਦੀ ਹੈ ਜੋ ਮੈਂ ਇੰਨੇ ਸਾਲਾਂ ਤੋਂ ਇੱਕ ਲੜਾਈ ਲੜਦੀ ਆ ਰਹੀ ਹਾਂ, ਮੈਨੂੰ ਹੈਗਾ ਕਿ ਮੈਨੂੰ ਹੁਣ ਉਹ ਪਲੈਟਫਾਰਮ ਮਿਲੇ ਜਿੱਥੇ ਮੈਂ ਇੱਕ ਆਵਾਜ਼ ਬਣ ਸਕਾਂ, ਸਭ ਨਾਲੋਂ ਪਹਿਲਾਂ ਆਵਾਜ਼ ਬਣ ਸਕਾਂ ਆਪਣੀਆਂ ਭੈਣਾਂ ਲਈ, ਆਪਣੀਆਂ ਬੱਚੀਆਂ ਲਈ, ਆਪਣੀਆਂ ਮਾਤਾਵਾਂ ਲਈ, ਉਸ ਤੋਂ ਬਾਅਦ ਆਵਾਜ਼ ਬਣ ਸਕਾਂ ਜਿਨ੍ਹਾਂ ਨੂੰ ਵੀ ਮੇਰੀ ਲੋੜ ਹੈ ਉਹਨਾਂ ਲਈ। ਸੋ ਮੈਨੂੰ ਪਲੀਜ਼, ਇਸ ਉਮੀਦ ਦੇ ਨਾਲ ਕਿ ਅੱਜ ਜੋ ਗੁਗਨੀ ਗਿੱਲ ਸਾਨੂੰ ਮਿਲ ਰਹੀ ਹੈ, ਕੱਲ੍ਹ ਇਲੈਕਸ਼ਨਸ ਜਿੱਤਣ ਤੋਂ ਬਾਅਦ ਗੁਗਨੀ ਗਿੱਲ ਹੋਰ ਵੀ ਸਹਿਜ ਰੂਪ ਦੇ ਵਿੱਚ ਸਾਨੂੰ ਮਿਲੇਗੀ, ਹੋਰ ਵੀ ਹੰਬਲ ਹੋਏਗੀ, ਇਸ ਉਮੀਦ ਦੇ ਨਾਲ ਗੁਗਨੀ ਗਿੱਲ ਨੂੰ ਬੈਸਟ ਵਿਸ਼ਿਜ਼ ਦਿੰਦੇ ਹਾਂ ਅਸੀਂ। ਮੈਂ ਸ਼ੈਰੀ ਦੱਤਾ ਔਰ ਗੈਟ ਪੰਜਾਬੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਿਜ਼ ਹੈਗੀਆਂ, ਆਲ ਦ ਬੈਸਟ, ਗੁੱਡ ਲੱਕ, ਵਿਨ ਦ ਇਲੈਕਸ਼ਨਸ ਐਂਡ ਪ੍ਰੂਵ ਕਰ ਦਿਓ ਕਿ ਔਰਤ ਸਿਰਫ ਇੱਕ ਖੂਬਸੂਰਤ ਨੁਮਾਇਸ਼ ਦੀ ਚੀਜ਼ ਨਹੀਂ ਹੈਗੀ ਹੈ। ਅੱਜ ਔਰਤ ਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਆਪਣਾ ਮੁਕਾਮ ਹਾਸਲ ਕਰ ਸਕਦੀ ਹੈ ਆਪ ਖੁਦ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਗੁਗਨੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।